ਜਿਤਨੇ ਜੀ ਹਾਜ਼ਰੀਨ ਹੋ, ਮੈਂ ਆਸ ਕਰਦਾ ਮੇਰੀ ਆਵਾਜ਼ ਤੁਹਾਨੂੰ ਸਾਰਿਆਂ ਨੂੰ ਠੀਕ ਸੁਣ ਰਹੀ ਹੋਏਗੀ। ਠੀਕ ਹੈ, ਪਿੱਛੇ ਤੱਕ ਬਿਲਕੁਲ ਵਧੀਆ ਸੁਣ ਰਹੀ ਆਵਾਜ਼, ਸੋ ਠੀਕ। ਆਓ ਫਤਿਹ ਦੀ ਸਾਂਝ ਦੇ ਨਾਲ ਇਕੱਠਿਆਂ ਹੀ ਪਾਠ ਕਰਦੇ ਹਾਂ। ਸੋ ਉਸ ਰੂਪ ਵਿੱਚ ਆਪਾਂ ਇਕੱਠੇ ਪੂਰੀ ਪੌੜੀ ਅਲਾਪਦੇ ਹਾਂ ਪੰਜ ਨੰਬਰ, ਅਤੇ ਫਿਰ ਨਾਲ ਹੀ ਇਹਦੀ ਵਿਚਾਰ ਕਰਨ ਦੀ ਕੋਸ਼ਿਸ਼ ਕਰੀਏ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਇਕੱਠੀ ਪੜ੍ਹਦੇ ਹਾਂ। ਕਲਾਸ ਹੀ ਕਰਾਮਾਤ ਹੈ, ਇਹੀ ਹਾੜ ਹੁੰਦੀ ਹੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ, ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁਖ ਕਰ ਲੈ ਜਾਏ, ਗੁਰਮੁਖ ਨਾਦੰ ਗੁਰਮੁਖ ਵੇਦੰ, ਗੁਰਮੁਖ ਰਿਹਾ ਸਮਾਈ, ਗੁਰ ਈਸ਼ਰ ਗੁਰ ਗੋਰਖ ਬਰਮਾ, ਗੁਰ ਪਾਰਬਤੀ ਮਾਈ, ਜੇ ਹਉ ਜਾਣਾ ਆਖਾਂ ਨਾਹੀ, ਕਹਿਣਾ ਕਥਨ ਨਾ ਜਾਈ, ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਸ਼ੁਕਰੀਆ। ਥੋੜ੍ਹਾ ਜਿਹਾ ਇਸਨੂੰ ਧਿਆਨ ਦੇਣਾ, ਸਾਡਾ ਜਿਹੜਾ ਪ੍ਰੋਨਾਉਂਸੀਏਸ਼ਨ ਆ ਉਹਦੇ 'ਚ ਜ਼ਿਆਦਾਤਰ ਨੰਨਾ ਅਤੇ ਨਾਣਾ, ਇਹਦੇ 'ਚ ਅਸੀਂ ਕਈ ਵਾਰੀ ਫਰਕ ਨਹੀਂ ਕਰ ਪਾਉਂਦੇ ਅਤੇ ਸਾਊਂਡ ਟੋਟਲੀ ਡਿਫਰੈਂਟ ਹੋ ਜਾਂਦਾ ਹੈ। ਆਪਣੇ ਜਿਹੜੇ ਲੋਕ ਬਾਰੀਏ ਹੋਣ, ਬਾਹਰ ਦੇ ਇਲਾਕੇ 'ਚੋਂ ਆਏ ਹੋਣ, ਲਾਹੌਰੀ ਬੋਲੀ ਦਾ ਬਹੁਤਾ ਰੰਗ ਹੋਏ, ਅਤੇ ਉਹ ਜਦੋਂ ਸਤਿਗੁਰੂ ਨਾਨਕ ਸਾਹਿਬ ਦਾ ਨਾਮ ਲੈਣਗੇ ਤਾਂ ਨਾਨਕ ਹੀ ਕਹਿਣਗੇ। ਨਾਨਕ ਲਫਜ਼ ਨਾਨਕ ਨਹੀਂ ਗਾ, ਨਾਨਕ ਹੈ। ਸੋ ਦੋਨਾਂ ਵਾਰੀ ਨੰਨਾ ਹੀ ਉਚਰਿਤ ਹੁੰਦਾ, ਨਾਣਾ ਨਹੀਂ ਉਚਰਿਤ ਹੁੰਦਾ। ਨਾਨਕ ਨੋ ਕਿ ਨਾਨਕ, ਅਸੀਂ ਤਾਂ ਬਾਬੇ ਨਾਨਕ ਨੂੰ ਮੰਨਦੇ ਹਾਂ, ਨਾਨਕ। ਸੋ ਇਹ ਮਤਲਬ ਬੇਧਿਆਨੀ ਦੇ ਵਿੱਚ ਹੀ ਚੀਜ਼ਾਂ ਕਈ ਵਾਰੀ ਐਵੇਂ ਪ੍ਰੋਨਾਊਂਸ ਹੋ ਜਾਂਦੀਆਂ ਹਨ। ਹੁਣ ਜਿਵੇਂ ਆਪਾਂ ਇੱਥੇ ਵੀ ਸੀਗਾ, ਜਿਨ ਸੇਵਿਆ ਤਿਨ ਪਾਇਆ, ਆ ਮੋਸਟਲੀ ਤੁਸੀਂ ਪਾਠ ਸੁਣਦੇ ਹੋ ਦੇਖੋਗੇ ਮਾਣ ਕਹਿਣਗੇ। ਇਹ ਲਫਜ਼ ਅਸੀਂ ਬਹੁਤ ਜ਼ਿਆਦਾ ਯੂਜ਼ ਕਰਦੇ ਹਾਂ, ਮਾਣ ਮਤਲਬ ਮੈਨੂੰ ਮਾਣ ਹੈ ਉਹਦੇ 'ਤੇ, ਮਾਣ ਇਸ ਤਰੀਕੇ ਨਾਲ। ਹਾਲਾਂਕਿ ਜੇ ਟ੍ਰਾਂਸਲੇਸ਼ਨ ਕਰੀਏ ਅਰਥ ਦੋਨਾਂ ਦੇ ਇੱਕੋ ਨੇ, ਪਰ ਸ਼ਬਦ ਇੱਥੇ ਮਾਨ ਹੈ, ਨੰਨਾ ਹੈ, ਨਾਣਾ ਨਹੀਂ ਗਾ। ਸੋ ਮਾਨ ਇਨ ਬਿਨ, ਜਿਵੇਂ ਗੁਣੀ ਨਿਧਾਨ, ਨਿਧਾਨ ਨਹੀਂ ਨਿਧਾਨ, ਨੰਨਾ। ਇਹ ਆਮ ਮਿਸਟੇਕਸ ਅਸੀਂ ਪ੍ਰੋਨਾਊਂਸੀਏਸ਼ਨ ਕਰਨ ਲੱਗੇ ਹਾਂ ਇਸ ਰੂਪ ਵਿੱਚ ਕਰ ਜਾਂਦੇ ਹਾਂ, ਇਸ ਰੂਪ ਦੇ ਵਿੱਚ ਆ। ਅੱਗੇ ਜਾ ਕੇ ਜਦੋਂ ਟ੍ਰਾਂਸਲੇਸ਼ਨ ਕਰਾਂਗੇ ਉਦੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿਹੜਾ ਵਰਡ ਹੈ ਗੁਰਾ, ਗੁਰਾ ਨਹੀਂ ਗੁਰਾ, ਆਪਾਂ ਜਦੋਂ ਅੱਗੇ ਜਾ ਕੇ ਪੜ੍ਹਾਂਗੇ ਖਾਸ ਕਰਕੇ ਸੁਣਿਆ ਦੀਆਂ ਪੌੜੀਆਂ, ਅਤੇ ਉਹਨਾਂ ਦੇ ਵਿੱਚ ਆਪ ਜੀ ਕੋਲ ਚੋਇਸ ਹੋਏਗੀ ਕਿ ਨਾਨਕ ਭਗਤਾਂ ਨਹੀਂ, ਭਗਤਾਂ ਪੜ੍ਹ ਸਕੋਗੇ ਤੁਸੀਂ, ਨੇਜ਼ਲ ਸਾਊਂਡ ਕਰ ਸਕੋਗੇ, ਉੱਥੇ ਨਾਊਨ ਪਲੂਰਲ ਸਾਊਂਡ ਕਰਦਾ।
ਸੋ ਪਲੂਰਲ ਸਾਊਂਡ ਕਰਦਾ ਜਦੋਂ, ਅਤੇ ਉਦੋਂ ਅਸੀਂ ਉਸਨੂੰ ਨੇਜ਼ਲ ਸਾਊਂਡ ਲਿਆ ਸਕਦੇ ਹਾਂ। ਇੱਥੇ ਪਲੂਰਲ ਸਾਊਂਡ ਨਹੀਂ ਗਾ, ਇੱਥੇ ਐਡਰੈਸ ਕੀਤਾ ਗਿਆ, ਸੰਬੋਧਨ ਕੀਤਾ ਗਿਆ, ਕਿਸੇ ਨੂੰ ਆਵਾਜ਼ ਦਿੱਤੀ ਗਈ ਗੁਰਾ ਇਸ ਰੂਪ ਦੇ। ਸੋ ਇਸ ਕਰਕੇ ਇਹਦਾ ਉਚਾਰਨ ਗੁਰਾ ਹੈ, ਗੁਰਾ ਨਹੀਂ। ਟਰਾਂਸਲੇਸ਼ਨ ਥੋੜ੍ਹਾ ਡੀਪ ਡਿਸਕਸ਼ਨ ਕਰਾਂਗੇ, ਗੁਰਾ ਨੋਟ ਗੁਰਾ। ਜੇ ਧਿਆਨ ਨਾਲ ਦੇਖੋਗੇ ਨਾ ਤਾਂ ਬਾਣੀ ਦਾ ਜਿਹੜਾ ਐਕਚੁਅਲ ਲੈਵਲ 'ਤੇ ਹੈ, ਇਹ ਤੁਹਾਡੀ, ਤੁਸੀਂ ਬੋਲ ਰਹੇ ਹੋ, ਤੁਸੀਂ ਆਪਣੇ ਮਨ ਨਾਲ ਗੱਲ ਕਰ ਰਹੇ ਹੋ ਬਹੁਤੀ, ਜਿਵੇਂ ਅਸੀਂ ਕਿਸੇ ਨਾਲ ਬਾਤ ਪਾਉਂਦੇ ਹਾਂ ਬਾਣੀ ਐਵੇਂ ਹੈ। ਮਤਲਬ ਮੈਂ ਜਦੋਂ ਪੜ੍ਹ ਰਿਹਾ ਮੈਂ ਆਪਣੇ ਮਨ ਨੂੰ ਸੁਣਾ ਰਿਹਾ ਅਤੇ ਮਨ ਹੁੰਗਾਰਾ ਦੇ ਰਿਹਾ। ਇੱਥੇ ਮਨ ਤੋਂ ਮੁਰਾਦ ਮੇਰੀ ਕੌਨਸ਼ੀਅਸ ਹੈ, ਚੇਤਨਾ ਹੈ, ਜਿਹਨੂੰ ਮੈਂ ਚੇਤੇ ਕਰਵਾ ਰਿਹਾ ਵੀ ਇਹ ਮੇਰੀ ਚੇਤਨਾ। ਆਰ ਯੂ ਅਵੇਅਰ ਅਬਾਊਟ ਇਟ, ਵਟ ਮਾਈ ਮਾਸਟਰ ਹੈਜ਼ ਟੋਲਡ ਅਸ। ਇੱਥੇ ਬਾਤ ਆ ਰਹੀ ਹੈ, ਸੋ ਉੱਥੇ ਉਸ ਰੂਪ ਵਿੱਚ ਬਾਤ ਹੋ ਰਹੀ ਹੈ। ਗੁਰਾ ਲਫਜ਼ ਹੈ, ਗੁਰਾ ਇੱਕ ਦੇਹ ਬੁਝਾਈ, ਗੁਰੂ ਨੂੰ ਆਵਾਜ਼ ਦਿੱਤੀ ਜਾ ਰਹੀ ਹੈ। ਹੁਣ ਆ ਜਾਈਏ ਆਪਾਂ ਪੰਕਤੀ ਬਾ ਪੰਕਤੀ ਜਿਹੜੀ ਟਰਾਂਸਲੇਸ਼ਨ ਕਰਦੇ ਜਾ ਰਹੇ ਸੀ। ਬੀਤੇ ਕੱਲ ਦੀ ਬਾਤ ਹੋਈ ਸੀ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਵੈਸਟ ਦੇ ਵਿੱਚ ਪਹਿਲੀ ਵਾਰੀ ਜਦੋਂ ਹਿਊਮਨ ਮਾਇੰਡ 'ਤੇ ਬੜੀ ਡੀਪ ਡਿਸਕਸ਼ਨ ਹੋਈ ਹੈ ਆਊਟ ਆਫ ਰਿਲੀਜੀਅਸ ਕੋਂਟੈਕਸਟ। ਰਿਲੀਜੀਅਸ ਕੋਂਟੈਕਸਟ ਦੇ ਅੰਦਰ ਵੈਸਟ 'ਚ ਬਹੁਤ ਜ਼ਿਆਦਾ ਹਿਊਮਨ ਸਾਈਕੀ ਦੀ ਆ ਮਨ ਦੀ ਬਹੁਤੀ ਗੱਲ ਨਹੀਂ ਹੋਈ, ਉਹਦੇ ਵਿੱਚ ਬਹੁਤਾ ਜਿਹੜਾ ਕਾਰਗੁਜ਼ਾਰੀ ਹੈ ਉਹ ਬਹਿਰੂਨੀ ਕੋਡ ਆਫ ਕੰਡਕਟ ਦੀ ਹੈ, ਉਹਦੇ 'ਚ ਜ਼ਿਆਦਾ ਜ਼ਿਆਦਾ ਰਿਚੁਅਲਿਜ਼ਮ ਅਤੇ ਉਹਨਾਂ ਚੀਜ਼ਾਂ ਜ਼ਿਆਦਾ ਇਨਵੋਲਵਮੈਂਟ ਹੈਗੀ। ਉਹਦੇ ਅੰਦਰ ਡੀਪ ਅੰਡਰਸਟੈਂਡਿੰਗ ਦੇ ਉਸ ਪ੍ਰੀਪੇਖ ਜਾਣ ਵਾਸਤੇ ਜਦੋਂ ਗੱਲ ਹੋਏਗੀ ਉਦੋਂ ਤੁਸੀਂ ਅਰਿਸਟੋਟਲ ਵਰਗਿਆਂ ਨੂੰ, ਹੇਗ ਵਰਗਿਆਂ ਨੂੰ, ਉਹੋ ਜਿਹੇ ਫਿਲੋਸਫਰ ਦੀ ਗੱਲ ਕਰੋਗੇ ਉੱਥੇ। ਸੋ ਇੱਥੇ ਫਿਲੋਸਫੀ ਅਤੇ ਜਿਹੜੀ ਰਿਲੀਜੀਓਸਿਟੀ ਸੀਗੀ, ਦੇ ਆਰ ਟੋਟਲੀ ਡਿਫਰੈਂਟ ਟੂ ਕਾਇੰਡ ਆਫ ਯੂ ਕੈਨ ਸੇ ਰਿਵਰਸ, ਐਂਡ ਸਮ ਟਾਈਮ ਦੇ ਆਰ ਫਲੋਇੰਗ ਯੂ ਕੈਨ ਸੇ ਇਨ ਓਪੋਜ਼ਿਟ ਡਾਇਰੈਕਸ਼ਨ ਫਰੋਮ ਈਚ ਅਦਰ। ਬਟ ਵੈਨ ਵੀ ਕਮ ਟੂਵਰਡ ਦਾ ਗੁਰਬਾਣੀ ਔਰ ਈਵਨ ਟੋਟਲ ਈਸਟਰਨ ਸਕੂਲ, ਦੈਨ ਵੀ ਕੈਨ ਸੀ ਕਿ ਜਿਹੜੀ ਫਿਲੋਸਫੀ ਹੈ ਅਤੇ ਜਿਹੜੀ ਰਿਲੀਜੀਓਸਿਟੀ ਹੈ, ਜਿਹੜਾ ਦਾਰਸ਼ਨਿਕਤਾ ਅਤੇ ਧਾਰਮਿਕਤਾ ਆ, ਇਹ ਕਈ ਵਾਰੀ ਇੱਕੋ ਫਲੋ ਦੇ 'ਚ ਵਗ ਰਹੀਆਂ, ਹੈਂਡ ਇਨ ਹੈਂਡ ਜਾ ਰਹੀਆਂ ਇਸ ਰੂਪ ਦੇ 'ਚ। ਅਤੇ ਗੁਰਬਾਣੀ ਦੇ 'ਚ ਤਾਂ ਕਮਾਲ ਹੀ ਹੈ, ਪਰ ਮੈਂ ਜਿਹੜੀ ਛੋਟੀ ਜਿਹੀ ਇਗਜ਼ਾਮਪਲ ਦੇਣ ਲੱਗਾ ਸੀਗਾ ਹਿਊਮਨ ਮਾਇੰਡ ਦੇ ਬਾਬਤ, ਜਦੋਂ ਅਸੀਂ ਮਨ ਦੀ ਗੱਲ ਕਰ ਰਹੇ ਹਾਂ, ਪਹਿਲੀ ਵਾਰ ਜਿਹੜੀ ਬਹੁਤ ਡੀਪ ਡਿਸਕਸ਼ਨ ਹੋਈ ਯੂਰਪੀਅਨ ਸਟਰਕਚਰ ਦੇ ਵਿੱਚ ਉਹ ਕੀਤੀ ਸੀ ਸਿਗਮੰਡ ਫਰਾਇਡ ਦੇ ਨਾਲ। ਉਸਨੇ ਪਹਿਲੀ ਵਾਰੀ ਕਿਹਾ ਸੀਗਾ ਕਿ ਬੰਦੇ ਦੀ ਫਿਜ਼ੀਕਲ ਹੈਲਥ ਜਿੰਨੀ ਮਰਜ਼ੀ ਵਧੀਆ ਹੋਏ, ਜੇ ਉਹ ਮਨ ਕਰਕੇ ਹੈਲਦੀ ਨਹੀਂ ਗਾ, ਉਹ ਫਿਜ਼ੀਕਲ ਹੈਲਥ ਨੂੰ ਇੰਜੋਏ ਨਹੀਂ ਕਰ ਸਕਦਾ। ਸੋ ਉਸਨੇ ਕਿਹਾ ਮਨ ਕਰਕੇ। ਸੋ ਇੱਥੋਂ ਫਿਰ ਸਾਈਕੋ ਅਨਾਲਿਸਿਸ, ਮਤਲਬ ਜਿਹਨੂੰ ਅਸੀਂ ਮਨੋਵਿਸ਼ਲੇਸ਼ਣ ਕਹਿੰਦੇ ਹਾਂ, ਉਹਦੀ ਬਾਤ ਸ਼ੁਰੂ ਹੋਈ ਉਸ ਰੂਪ ਦੇ 'ਚ। ਪਰ ਉਹਦੀ ਜਿਹੜੀ ਸਿੱਧੇ ਤੌਰ 'ਤੇ ਟ੍ਰਬਲ ਸੀਗੀ ਉਹ ਸੀਗੀ ਕਿ ਦੋ ਵੱਡੇ ਰਿਲੀਜੀਅਸ ਸਕੂਲ ਸੀਗੇ, ਵਨ ਇਜ਼ ਜੂਡੀਜ਼ਮ ਐਂਡ ਸੈਕਿੰਡ ਇਜ਼ ਕ੍ਰਿਸਚੈਨਿਟੀ। ਉਹਦਾ ਐਕਸਪੋਜ਼ਰ ਸੀਗਾ ਉਸਨੂੰ, ਉਹਨਾਂ ਦੀ ਜਿਹੜੀ ਸਟੇਟ ਅਤੇ ਚਰਚ ਦੀ ਜਿਹੜੀ ਧਾਰਮਿਕ ਸੰਸਥਾ ਅਤੇ ਜਿਹੜਾ ਰਾਜਸੀ ਤੰਤਰ ਆ, ਇਹਨਾਂ ਦੋਨਾਂ ਦੇ ਜਿਹੜਾ ਕੰਬੀਨੇਸ਼ਨ ਸੀਗਾ ਉਹ ਮਾਨਵ ਵਿਰੋਧੀ ਸੀ, ਉਹ ਹਿਊਮਨਨੈਸ ਦੀ ਅਗੇਂਸਟ ਜਾ ਖੜਦਾ ਸੀਗਾ। ਸੋ ਇਸ ਕਰਕੇ ਜਿਹੜਾ ਬੰਦਾ ਥੋੜ੍ਹੀ ਜਿਹੀ ਵੀ ਸੈਂਸ ਰੱਖਦਾ ਸੀਗਾ ਉਹ ਕਹਿੰਦਾ ਸੀ ਜੋ ਮਰਜ਼ੀ ਹੋ ਜੇ ਅਸਥਾਪਤੀ ਨੂੰ ਸਪੋਰਟ ਨਹੀਂ ਕਰਨੀ, ਇਸਟੈਬਲਿਸ਼ਮੈਂਟ ਦੇ ਨਾਲ ਨਹੀਂ ਜਾਣਾ, ਕਿਉਂਕਿ ਇਸਟੈਬਲਿਸ਼ਮੈਂਟ ਦੇ ਅਗੇਂਸਟ ਜਾਣਾ। ਉੱਥੋਂ ਫਿਰ ਬਾਤ ਹੋਈ ਉਹਦੇ 'ਚ, ਫਿਰ ਸਿੱਧੇ ਤੌਰ 'ਤੇ ਇਸੇ ਕਰਕੇ ਮਾਰਕਸਿਜ਼ਮ ਵੀ ਸਾਰਾ ਇਸੇ ਸਕੂਲ ਆਫ ਥੌਟ 'ਚੋਂ ਨਿਕਲ ਕੇ ਆਉਂਦਾ। ਤੁਸੀਂ ਇੱਕ ਵਨ ਬਾਏ ਵਨ ਧਾਰਾਵਾਂ ਦੇਖਦੇ ਹੋ। ਉਹਦੇ 'ਚ ਸਿਗਮੰਡ ਫਰਾਇਡ ਨੇ ਗੱਲ ਕਹੀ ਕਿ ਸਾਨੂੰ ਨਾ ਹਿਊਮਨਸ ਨੂੰ, ਹਿਊਮਨ ਜਿਹੜੇ ਨੇ ਇਹਨਾਂ ਨੂੰ ਜਿਹੜਾ ਹੈਗਾ ਇੱਕ ਸਾਈਕੋਸਿਸ ਡਿਸਆਰਡਰ ਹੋ ਗਿਆ ਆ, ਸਾਨੂੰ ਇੱਕ ਮਨ ਦੀ ਬਿਮਾਰੀ ਲੱਗ ਗਈ ਹੈ। ਅਤੇ ਬਿਮਾਰੀ ਇਹ ਲੱਗ ਗਈ ਹੈ ਕਿ ਅਸੀਂ ਬਹੁਤ ਡਿਪੈਂਡੈਂਟ ਹੋ ਗਏ ਹਾਂ, ਅਤੇ ਡਿਪੈਂਡੈਂਟ ਅਸੀਂ ਕਾਹ 'ਤੇ ਹੋ ਗਏ, ਰੱਬ 'ਤੇ। ਸਾਨੂੰ ਜਦੋਂ ਕੋਈ ਅਰਥ ਭਾਵ ਨਹੀਂ ਲੱਭਦਾ ਅਸੀਂ ਕਹਿੰਦੇ ਹਾਂ ਕੋਈ ਨਾ
ਰੱਬ 'ਤੇ ਭਰੋਸਾ ਕਰਦੇ ਹਾਂ। ਜੇ ਕੋਈ ਕੰਮ ਨਾ ਹੋਏ ਕਹਿੰਦੇ ਰੱਬ ਕਰੇਗਾ, ਜੇ ਕਿਸੇ ਚੀਜ਼ ਬਾਰੇ ਪਤਾ ਨਾ ਲੱਗੇ ਕਹਿੰਦੇ ਕੋਈ ਨਾ ਰੱਬ ਜਾਣਦਾ ਆ, ਕਹਿੰਦੇ ਸਾਈਕੋਸਿਸ ਡਿਸਆਰਡਰ ਹੋ ਗਿਆ। ਇੱਥੋਂ ਫਿਰ ਗੱਲ ਆਈ ਕਿ ਬੰਦੇ ਨੇ ਰੱਬ ਬਣਾ ਲਿਆ ਆਪਣੀਆਂ ਮੁਸ਼ਕਲਾਂ ਦਾ ਹੱਲ ਕੱਢਣ ਵਾਸਤੇ, ਇੱਥੋਂ ਭੱਜਣ ਵਾਸਤੇ, ਪਾਂਜਵਾਦੀ ਹੋਣ ਲਈ, ਇਹ ਸਾਰੇ ਰੂਪ ਦੇ ਵਿੱਚ। ਅੱਛਾ, ਰਿਲੀਜਨ ਦੀ ਵੱਡੀ ਐਕਸਰਸਾਈਜ਼ ਵੀ ਐਵੇਂ ਹੁੰਦੀ ਰਹੀ ਹੈ, ਇਹ ਚੀਜ਼ਾਂ ਚੱਲਦੀਆਂ ਰਹੀਆਂ ਨੇ। ਜਦੋਂ ਆਪਾਂ ਭਗਤਾਂ ਦਾ ਜੀਵਨ ਪੜ੍ਹਦੇ ਹਾਂ, ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ 15 ਭਗਤ ਨੇ, ਆਪ ਨੂੰ ਪਤਾ ਇਹਦੇ ਬਾਬਾ ਜਾਣਦੇ ਸਪੈਸ਼ਲ ਸਾਡੇ ਯੰਗਸਟਰ, ਵੈਨ ਵੀ ਟੋਕ ਅਬਾਊਟ ਗੁਰੂ ਗ੍ਰੰਥ ਸਾਹਿਬ ਮਹਾਰਾਜ, ਵੀ ਟੋਕ ਅਬਾਊਟ ਆਵਰ ਸਿਕਸ ਗੁਰੂਸ, ਬਿਕੋਜ਼ ਦਾ ਮੈਸੇਜ ਵੀ ਹੈਵ ਹੇਅਰ ਔਨ ਡਿਸਪਲੇ ਐਜ਼ ਏ ਗੁਰੂ ਗ੍ਰੰਥ ਸਾਹਿਬ ਮਹਾਰਾਜ ਲਿਵਿੰਗ ਇਨ ਕਾਰਪੋਰੇਟ ਮਾਸਟਰ, ਸਿਕਸ ਗੁਰੂ ਸਾਹਿਬਾਨ ਬਾਣੀ ਇਜ਼ ਹੇਅਰ, ਐਂਡ ਐਜ਼ ਵੈਲ ਐਜ਼ ਵੀ ਹੈਵ 15 ਡਿਵੋਟੀਸ, 15 ਭਗਤ ਨੇ, 11 ਦੇ ਆਰ ਆਲਸੋ ਐਕਚੁਲੀ ਡਿਵੋਟੀਜ਼ ਬਟ ਵੀ ਕਾਲ ਦੈਮ ਭੱਟ, 11 ਭੱਟ ਨੇ, ਅਤੇ ਉਹਦੇ ਨਾਲ ਹੀ ਕੁਝ ਗੁਰਸਿੱਖ ਨੇ ਜਿਨ੍ਹਾਂ ਦੀ ਬਾਣੀ ਅਸੀਂ ਉਸ ਰੂਪ ਵਿੱਚ ਦੇਖਦੇ ਹਾਂ। ਖੈਰ, ਜਿਹੜੀ ਬੇਨਤੀ ਕਰ ਰਿਹਾ ਸੀਗਾ, ਜਿਹੜੇ ਭਗਤ ਬਾਣੀ ਦੇ ਵਿੱਚ ਨੇ ਉਹਨਾਂ ਨੂੰ ਜੋ ਅਸੀਂ ਓਵਰਆਲ ਤੁਸੀਂ ਸਾਊਥ ਏਸ਼ੀਆ ਦੇ ਸਾਰੇ ਖਿੱਤੇ 'ਚ ਜਾਂ ਇੰਡੀਅਨ ਲਿਟਰੇਚਰ ਸਾਈਡ ਤੋਂ ਦੇਖਦੇ ਹੋ, ਅਤੇ ਉੱਥੇ ਉਹ ਬਹੁਤਾ ਲਾਈਕ ਨਹੀਂ ਕਰਦੇ ਉਹਨਾਂ ਨੂੰ, ਕਿਉਂਕਿ ਮੈਂ ਤਾਂ ਵਿਦਿਆਰਥੀ ਨੇ, ਲਿਟਰੇਚਰ ਦਾ ਮਾਸਟਰਸ ਕੀਤੀ ਉੱਥੇ ਲਿਟਰੇਚਰ 'ਚ ਮੈਂ ਯੂਨੀਵਰਸਿਟੀ ਦੇ ਅੰਦਰ। ਉਹ ਕਹਿੰਦੇ ਨੇ ਇਹ ਜਿਹੜੇ ਭਗਤ ਨੇ ਦੇ ਆਰ ਰੈਡੀਕਲ ਡਿਵੋਟੀਸ, ਰੈਡੀਕਲ ਮਤਲਬ ਜਿਹਨੂੰ ਕਹੋ ਬੜੇ ਕੱਟੜ ਜੇ, ਇਹ ਕੱਟੜ ਜੇ ਨੇ, ਇਹ ਕੱਟੜਵਾਦੀ ਬਹੁਤ ਨੇ। ਅਤੇ ਕੱਟੜਵਾਦੀ ਕਿਉਂ ਨਹੀਂ ਹੋਣਗੇ? ਕਿਉਂਕਿ ਜਿਹੜਾ ਮਤਲਬ ਜਿਹਨੂੰ ਰੱਬ ਨੇ ਦੋ ਅੱਖਾਂ ਦਿੱਤੀਆਂ, ਥੋੜ੍ਹੀ ਕੋਮਨ ਸੈਂਸ ਦਿੱਤੀ, ਉਹਨੂੰ ਚੀਜ਼ਾਂ ਨਜ਼ਰ ਆਉਂਦੀਆਂ, ਇਹ ਸਾਹਮਣੇ ਜੋ ਹੋ ਰਹੀ ਗੜਬੜ ਹੋ ਰਹੀ, ਹੁਣ ਉਹਦੇ ਉੱਤੇ ਉਹ ਕਹਿੰਦੇ ਵੀ ਭਾਈ ਤੂੰ ਦੇਖ ਤਾਂ ਸਹੀ, ਬੰਦੇ ਤੈਨੂੰ ਰੱਬ ਨੇ ਆਟੋਨਮੀ ਦਿੱਤੀ ਹੈ, ਤੁਸੀਂ ਆਟੋਨਮੀ ਦਾ ਗਲਤ ਇਸਤੇਮਾਲ ਕਿਉਂ ਕਰ ਰਿਹਾ? ਤੂੰ ਸਹੀ ਇਸਤੇਮਾਲ ਕਰ, ਤੈਨੂੰ ਕੋਮਨ ਸੈਂਸ ਦਿੱਤੀ ਹੈ, ਤੈਨੂੰ ਅਕਲ ਦਿੱਤੀ ਹੈ, ਤੈਨੂੰ ਸੋਝੀ ਦਿੱਤੀ ਹੈ, ਤੂੰ ਉਹ ਯੂਜ਼ ਕਰ ਸਾਰੀ। ਸੁਪਰ ਨੈਚੁਰਲ ਪਾਵਰ ਦੀ ਵੇਟ ਕਰ ਰਿਹਾ, ਅਤੇ ਜਿਹੜੀ ਕੋਮਨ ਸੈਂਸ ਦਿੱਤੀ ਹੈ ਉਹਦੀ ਮੈਂ ਉਹਨੂੰ ਯੂਜ਼ ਨਹੀਂ ਕਰ ਰਿਹਾ ਮੈਂ। ਮਤਲਬ ਬਹੁਤ ਸਰਲ ਜਿਹੀ ਗੱਲ ਹੈ ਨਾ, ਇਹਨੂੰ ਇਗਜ਼ਾਮਪਲਰੀ ਲੈਵਲ 'ਤੇ ਬਾਤ ਕਰ ਦਿੰਦਾ ਮੈਂ। ਬਾਬਾ ਕਬੀਰ ਜੀ ਦਾ ਬਚਨ ਹੈ, ਕਮਿੰਗ ਬੈਕ ਟੂ ਇਟ, ਮੈਂ ਗੱਲ ਦੂਰ ਨਹੀਂ ਲਿਜਾਣੀ ਚਾਹੁੰਦਾ, ਪਰ ਟੂਕ ਮਾਤਰ। ਆਪਾਂ ਕੱਲ੍ਹ ਜਿਹੜੀ ਅੱਜ ਪੌੜੀ ਪੂਰੀ ਹੋਈ, ਕੱਲ੍ਹ ਨੂੰ ਪੌੜੀ ਵਿਚਾਰਨੀ ਹੈ, ਤੀਰਥ ਨਹਾਵਾਂ ਜੇ ਤਿਸ ਭਾਵਾਂ ਪਿੰਡ ਪਾਣੇ ਕੇ ਨਾ, ਉਹਦੇ 'ਚ ਵੀ ਬਾਤ ਹੋ ਸਕਦੀ, ਪਰ ਇਗਜ਼ਾਮਪਲ ਦੇ ਰਿਹਾ। ਬਾਬਾ ਕਬੀਰ ਦਾ ਬਚਨ ਆ, ਕਹਿੰਦੇ ਅਸਮਾਨ ਮਿਆਨੇ ਲਹੰਗ ਦਰਿਆ ਗੁਸਲ ਕਰਦਨ ਬੂਦ, ਫਾਰਸੀ ਹੈ, ਆਈ ਵਿਲ ਟਰਾਈ ਟੂ ਟਰਾਂਸਲੇਟ। ਅਸਮਾਨ ਮਿਆਨੇ, ਅਸਮਾਨ ਅਸੀਂ ਆਮ ਪੰਜਾਬੀ 'ਚ ਅਸਮਾਨ ਆਕਾਸ਼ ਨੂੰ ਕਹਿੰਦੇ ਹਾਂ, ਪਰ ਜਦੋਂ ਤੁਸੀਂ ਲਿਟਰੇਚਰ 'ਚ ਆ ਜਾਂਦੇ ਹੋ, ਅਸਮਾਨ ਦਾ ਮਤਲਬ ਉੱਚਾ, ਸਾਰੇ ਸਰੀਰ ਦੇ ਵਿੱਚ ਸਭ ਤੋਂ ਉੱਚਾ ਕੀ ਹੈ? ਸਿਰ, ਸਿਰ ਹੈ ਨਾ ਸਭ ਤੋਂ ਉੱਚਾ। ਓਕੇ, ਅਸਮਾਨ ਮਿਆਨੇ, ਮਿਆਨ ਮਿਆਨੇ ਦਾ ਮਤਲਬ ਹੁੰਦਾ ਦਰਮਿਆਨ, ਇਹਦੇ ਵਿੱਚ ਵਿਚਕਾਰ, ਇਹਦੇ ਸਿਰ ਦੇ ਵਿੱਚ ਕੀ ਹੈ? ਅਕਲ, ਦਿਮਾਗ। ਅਸਮਾਨ ਮਿਆਨੇ ਲਹੰਗ ਦਰਿਆ, ਇੱਕ ਦਰਿਆ ਵਗ ਰਿਹਾ, ਅਕਲ ਦਾ ਦਰਿਆ, ਸੋਝੀ ਦਾ ਦਰਿਆ। ਅਤੇ ਕਮਾਲ ਇਹ ਹੈ, ਬੰਦਾ ਬਾਹਰ ਦਰਿਆਵਾਂ 'ਚ ਭੱਜ ਭੱਜ ਕੇ ਨਹਾਉਂਦਾ, ਬਾਬਾ ਕਬੀਰ ਜੀ ਕਹਿੰਦੇ ਕੋਈ ਨਾ ਨਹਾ ਲੈ, ਕਦੀ ਇਹਦੇ 'ਚ ਵੀ ਚੁੱਭਾ ਲਾ ਲਿਆ ਕਰ। ਅਸਮਾਨ ਮਿਆਨੇ ਲਹੰਗ ਦਰਿਆ, ਲਫਜ਼ ਆਇਆ ਗੁਸਲ, ਇੱਥੋਂ ਲਫਜ਼ ਬਣਿਆ ਗੁਸਲਖਾਨਾ। ਕਿਆ ਗੁਸਲ ਕਰਦ ਨਬੂਦ, ਕਿਤਨਾ ਅਬੂਦ ਹੈ, ਇੱਥੇ ਗੁਸਲ ਹੀ ਨਹੀਂ ਕਰਦਾ, ਨਹਾਉਂਦਾ ਹੀ ਨਹੀਂਗਾ, ਅਕਲ ਨੂੰ ਹੱਥ ਹੀ ਨਹੀਂ ਮਾਰਦਾ, ਥੋੜ੍ਹਾ ਬਹੁਤਾ ਸਮਝ ਦਾ ਵੀ ਇਸਤੇਮਾਲ ਕਰਿਆ ਕਰ ਭਾਈ। ਬਾਕੀ ਗੱਲ ਰਹਿ ਗਈ ਉਸ ਕਰਤਾਰ ਦੀ ਅਤੇ ਕਰਤਾਰੀ ਹਸਤੀ ਦੀ। ਜਿਵੇਂ ਜਿਵੇਂ ਤੁਸੀਂ ਅਕਲ ਦੇ ਪੱਖ ਤੋਂ ਅੱਗੇ ਵਧੋਗੇ, ਸੋਝੀ ਦੇ ਪੱਖ ਤੋਂ, ਫਿਰ ਇੱਕ ਲੈਵਲ ਆਵੇਗਾ ਜਿੱਥੇ ਤੁਹਾਨੂੰ ਉਹਦੀ ਅਕਲ ਤੋਂ ਪਾਰ ਵਾਲੀ ਕਲਾ ਦਾ ਅਹਿਸਾਸ ਆਵੇਗਾ, ਜਿਹਨੂੰ ਗੁਰੂ ਮਹਾਰਾਜ ਨੇ ਕਿਹਾ ਸੀਗਾ ਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਜਾਤ ਮੈਂ ਜੋਤ, ਜੋਤ ਮੈਂ ਜਾਤਾ, ਅਕਲ ਕਲਾ, ਅਕਲ ਕਲਾ, ਅਕਲ, ਅਕਲ ਤੋਂ, ਅਕਲ ਨਹੀਂ, ਅਕਲ ਤੋਂ, ਅਕਲ ਤੋਂ ਪਾਰ, ਜਿਵੇਂ ਅਟਲ ਪੜ੍ਹਦੇ ਹਾਂ ਅਸੀਂ,
ਅਕਲ ਕਲਾ, ਉਹ ਕਲਾ ਜਿਹੜੀ ਅਕਲ ਤੋਂ ਬਿਓਂਡ ਆ, ਉੱਥੇ ਜਾ ਕੇ ਅਹਿਸਾਸ ਹੁੰਦਾ। ਅਤੇ ਇਹ ਚੀਜ਼ਾਂ ਇੱਥੇ ਜਿਹੜਾ ਹਿਊਮਨ ਇਨਰ ਇੰਸਟਿੰਕਟ ਆ ਨਾ, ਇਹ ਬਹੁਤ ਪ੍ਰੋਪਰਲੀ ਅਤੇ ਕਾਰਗਰ ਕੰਮ ਕਰਦਾ, ਇੰਨਾ ਕਾਰਗਰ ਕੰਮ ਕਰਦਾ ਬੰਦਾ ਉਸ ਪਰਮ ਹਸਤੀ ਨਾਲ, ਜਿਹੜੀ ਕਹਿ ਲਓ ਕਿ ਯੂਨੀਵਰਸਲ ਪਾਵਰ ਨੇਚਰ ਜੋ ਤੁਸੀਂ ਕਹਿ ਲਓ, ਉਹਦੇ ਨਾਲ ਬਿਲਕੁਲ ਆਤਮਸਾਤ ਹੋ ਜਾਂਦਾ। ਓਅੰਕਾਰ ਵਨਨੈਸ ਸਚਿਆਰ ਆ ਆ, ਜੋ ਤੁਸੀਂ ਜਿੰਨਾ ਲਿਟਰੇਚਰ ਡੀਪ ਲੈਵਲ 'ਤੇ ਪੜ੍ਹੋਗੇ, ਯੂ ਗੋਨਾ ਕਮ ਔਨ ਦਿਸ ਪੁਆਇੰਟ ਐਂਡ ਯੂ ਗੋਨਾ ਰਿਅਲਾਈਜ਼ ਵਾਓ ਆਹ ਬਾਬਾ ਜੀ ਕਹਿ ਰਿਹਾ ਸਾਨੂੰ। ਬਾਕੀ ਗੱਲ ਰਹਿ ਗਈ ਰੱਬ ਜੀ ਦੇ ਬਾਬਤ ਕੋਈ ਇਮੈਜੀਨੇਸ਼ਨ ਕੀਤੀ ਗਈ ਹੈ, ਕਲਪਨਾ ਕੀਤੀ ਗਈ ਹੈ, ਭਾਈ ਕਲਪਨਾ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ। ਹੁਣ ਸੁਪੋਜ਼ ਕਰੋ, ਮਾਫ਼ੀ ਚਾਹਾਂਗਾ, ਅਸੀਂ ਕਈ ਵਾਰੀ ਜੋਕ 'ਚ ਗੱਲਾਂ ਕਰਦੇ ਹੁੰਦੇ ਸੀ, ਤੁਸੀਂ ਵੀ ਕੀਤੀਆਂ ਹੋਣਗੀਆਂ ਸ਼ਾਇਦ, ਅਤੇ ਉਹ ਮਤਲਬ ਇੰਡੀਆ ਦੇ ਵਿੱਚ ਨਾ ਐਸੇ ਲਿਖਣੇ ਹੁੰਦੇ ਸੀਗੇ, ਮਾਈ ਬੈਸਟ ਫਰੈਂਡ, ਤੁਸੀਂ ਵੀ ਲਿਖੇ ਹੋਣਗੇ, ਜਾਂ ਮਾਈ ਫਾਦਰ ਇਜ਼ ਮਾਈ ਹੀਰੋ, ਮਾਈ ਮਦਰ ਇਜ਼ ਮਾਈ ਆਈਡੀਅਲ, ਅਤੇ ਉਹਦੇ 'ਚ ਲਿਖਣਾ ਲਿਖਣਾ ਕਿੱਥੋਂ, ਮਤਲਬ ਉਹਨੇ ਕਹਿਣਾ ਮਾਈ ਮਦਰ ਇਜ਼ ਏ ਟੀਚਰ, ਸ਼ੀ ਟੀਚਸ ਇਨ ਸਕੂਲ, ਇਸ ਤਰੀਕੇ ਨਾਲ ਲਿਖਣਾ ਕਰਨਾ। ਹੁਣ ਟੀਚਰ ਤਾਂ ਕਿਸੇ ਕਦੇ ਹੋਈ ਕਿ ਮਾਂ ਬਹੁਤਿਆਂ ਦੀ ਮਾਂ ਤਾਂ ਘਰ ਰਹਿੰਦੀ ਹੈ ਉਸ ਤਰੀਕੇ ਨਾਲ, ਹਾਊਸ ਵਾਈਫ ਆ। ਅਤੇ ਕਈ ਵਾਰੀ ਸਾਡੇ ਨਾਲ ਦੇ ਸਹਿਪਾਠੀਆਂ ਨੇ ਕਹਿਣਾ ਵੀ ਇੱਕ ਤਾਂ ਉਹ ਮਾਂ ਹੈ ਜਿਹੜੀ ਘਰ ਬੈਠੀ ਹੈ, ਜਿਹੜੀ ਜਾਨੇ ਕੰਨ 'ਤੇ ਦੋ ਛੱਡਦੀ ਹੈ, ਇੱਕ ਆਹ ਮਾਂ ਆ ਜਿਹੜੀ ਐਸੇ ਲਿਖ ਰਿਹਾ, ਇਹ ਮਾਂ ਕਿੱਥੇ ਹੈ? ਵੀ ਨੈਵਰ ਐਕਚੁਲੀ ਮੀਟ ਦਿਸ ਮਾਂ ਐਟ ਆਲ, ਅਸੀਂ ਇਹਨੂੰ ਕਦੀ ਮਿਲੇ ਹੀ ਨਹੀਂ, ਇਹ ਮਾਂ ਕਿੱਦਣ ਮਿਲੇਗੀ? ਇਹ ਕਲਪਨਾ ਆ, ਇਕੱਲਾ ਇਹ ਨਹੀਂ ਹੁੰਦਾ, ਸੱਚ ਇਹ ਹੈ। ਤੁਸੀਂ ਘਰਾਂ 'ਚ ਬੱਚਿਆਂ ਨੂੰ ਹੰਡਾਉਂਦੇ ਹੋ, ਉਹ ਬੱਚੇ ਜਿਹੜੇ ਘਰ 'ਚ ਭੱਜੇ ਫਿਰਦੇ ਤੁਰੇ ਫਿਰਦੇ, ਕੁਝ ਬੱਚੇ ਤੁਸੀਂ ਕਲਪਨਾ 'ਚ ਰੱਖੇ ਨੇ ਐਵੇਂ ਦਾ ਬੱਚਾ ਹੋਏ ਆਈਡੀਅਲ। ਇੱਕ ਉਹ ਰੱਬ ਆ ਜਿਹੜਾ ਸਾਹਮਣੇ ਦਿਸ ਰਿਹਾ ਆ, ਬੰਦਾ ਕਹਿੰਦਾ ਨਹੀਂ ਨਹੀਂ ਨਹੀਂ, ਇੱਕ ਉਹ ਰੱਬ ਜਿਹੜਾ ਕਲਪਨਾ 'ਚ ਬਿਠਾ ਲਿਆ ਉਹਨੇ, ਜਿਹਨੂੰ ਗੁਰੂ ਸਾਹਿਬ ਨੇ ਅੱਗੇ ਜਾ ਕੇ ਬਿਆਨ ਕਰਨਾ ਜਦੋਂ ਸੀ, ਕਿਉਂਕਿ ਇਹਦੇ 'ਚ ਵੀ ਗੱਲ ਹੋਣੀ ਥੋੜ੍ਹੀ ਜਿਹੀ, ਗੁਰਮੁਖ ਨਾਥ ਗੁਰਮੁਖ ਵੇਦ ਜਦੋਂ ਵਿਚਾਰ ਕਰਾਂਗੇ, ਗੁਰ ਈਸ਼ਰ ਗੁਰ ਗੋਰਖ ਬਰਮਾ, ਜਦੋਂ ਸ਼ਬਦ ਪੜ੍ਹਾਂਗੇ, ਇੱਕ ਆ ਮਾਈ ਜੁਗਤ ਵੀ ਆਈ ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਲਾਏ ਦੀਵਾਨ, ਉਹ ਵੇਖ ਹੈ ਉਹਨਾਂ ਨਦਰ ਨਾ ਆਵੇ। ਜਿਹੜੇ ਕਲਪਨਾ ਕਰਕੇ ਬੈਠੇ ਉਹਨੂੰ ਦਿਸ ਹੀ ਨਹੀਂ ਰਿਹਾ ਰੱਬ ਕੀ ਹੈ, ਉਹ ਆਪਣੀ ਕਲਪਨਾ 'ਚ ਮਸਤ ਹੋ ਗਏ ਨੇ। ਸੋ ਇਹ ਪੋਸੀਬਿਲਿਟੀ ਹੈ, ਤੁਸੀਂ ਆਪਣਾ ਆਪ ਰੱਬ ਬਣਾ ਲਓ, ਆਪ ਥਾਪ ਲਵੋ, ਆਪਣੂ ਆਪੂੰ ਥਾਪੇ ਰੱਬ ਦੀ ਬਾਤ ਕਰੋ। ਬਾਬਾ ਜੀ ਕਹਿੰਦੇ ਐਂ ਉਹ ਮੇਰਾ ਥਾਪਿਆ ਨਹੀਂ ਗਾ, ਉਹ ਮੈਂ ਥਾਪ ਵੀ ਨਹੀਂ ਸਕਦਾ, ਉਹ ਤਾਂ ਇੱਕ ਯੂਨੀਵਰਸਲ ਆ। ਫਿਰ ਸਰਲ ਕਰ ਦੇਣਾ ਇਸਨੂੰ ਬਹੁਤ ਸਿੰਪਲ ਲੈਵਲ 'ਤੇ, ਇਫ ਯੂ ਰੀਅਲੀ ਐਕਚੁਲੀ ਵਾਂਟ ਟੂ ਅੰਡਰਸਟੈਂਡ ਇਨ ਦੈਟ ਵੇ, ਯੂ ਨੋ, ਸਮਨ ਆਸਕ ਮੀ ਐਨੀ ਕੁਐਸਚਨ, ਆਈ ਕੈਨ ਗਿਵ ਐਨੀ ਆਨਸਰ ਔਨ ਦੈਟ ਕੁਐਸਚਨ ਐਂਡ ਦੈਟ ਕੈਨ ਬੀ ਮਾਈ ਪਰਸੈਪਸ਼ਨ। ਮੈਨੂੰ ਕੋਈ ਸਵਾਲ ਪੁੱਛਿਆ ਤੁਸੀਂ, ਮੈਂ ਆਪਣਾ ਜਵਾਬ ਵੀ ਦੇ ਸਕਦਾ, ਇਹ ਮੇਰੇ ਕੁਦਰਤ ਨੇ ਮੈਨੂੰ ਐਬਿਲਿਟੀ ਦਿੱਤੀ ਹੈ, ਜੋ ਮੈਂ ਮਨ ਵਿੱਚ ਸੋਚਦਾ ਮੈਂ ਉਹ ਜਵਾਬ ਦੇ ਦਿਆਂ। ਓਕੇ ਠੀਕ ਹੈ ਜੀ, ਅੱਛਾ ਦੂਸਰਾ ਵੀ ਹੋ ਸਕਦਾ, ਉਹ ਕੀ ਹੈ, ਮੈਂ ਕਿਸੇ ਦਾ ਸੁਣਿਆ ਸੁਣਾਇਆ ਜਵਾਬ ਦੇ ਦਿਆਂ। ਅੱਛਾ ਇੱਕ ਤੀਸਰੀ ਚੀਜ਼ ਵੀ ਹੋ ਸਕਦੀ, ਉਹ ਕਿਹੜੀ ਹੈ, ਉਹਦਾ ਵਾਕਿਆ 'ਚ ਇੱਕ ਯੂਨੀਵਰਸਲ ਜਵਾਬ ਵੀ ਹੋ ਸਕਦਾ, ਜਿਹੜਾ ਰੀਅਲ ਜਵਾਬ ਆ ਯੂਨੀਵਰਸਲ। ਮਤਲਬ ਇੱਕ ਜਵਾਬ ਉਹ ਜਿਹੜਾ ਮੈਂ ਕਲਪਨਾ ਕਰ ਲਿਆ, ਇੱਕ ਜਵਾਬ ਉਹ ਜਿਹੜਾ ਕਿਸੇ ਨੇ ਮੈਨੂੰ ਸੁਣਿਆ ਸੁਣਾਇਆ, ਇੱਕ ਰੀਅਲ ਜਵਾਬ ਆਨਸਰ ਹੈ ਐਗਜੈਕਟਲੀ ਹਰ ਚੀਜ਼ ਬਾਰੇ। ਇਸ ਤਰੀਕੇ ਨਾਲ ਮੈਂ ਆਪਣੀ ਕਲਪਨਾ ਵੀ ਕਰ ਸਕਦਾ, ਮੈਂ ਕਿਸੇ ਦੀ ਕਲਪਨਾ ਕੀਤੀ ਫੋਲੋ ਕਰ ਸਕਦਾ, ਇੱਕ ਅਸਲੀਅਤ ਵੀ ਹੈ, ਸੱਚ ਵੀ ਹੈ। ਬਾਬਾ ਜੀ ਕਹਿੰਦੇ ਜਿਹੜਾ ਸੱਚ ਹੈ ਉਹ ਮੇਰਾ ਤੁਹਾਡਾ ਥਾਪਿਆ ਨਹੀਂ ਗਾ, ਬਣਾਇਆ ਨਹੀਂ ਗਾ, ਕਲਪਿਆ ਨਹੀਂ ਗਾ, ਇਮੈਜਿਨ ਨਹੀਂ ਕੀਤਾ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਬੀਤੇ ਕੱਲ੍ਹ ਬੜੀ ਡਿਟੇਲ 'ਚ ਗੱਲ ਕੀਤੀ, ਸਿਰਫ ਟੂਕ ਮਾਤਰ ਹੀ ਗੱਲ ਕਰ ਦੇਣਾ, ਅੰਜਨ ਅਤੇ ਨਿਰੰਜਨ, ਅੰਜਨ ਕਾਲਕ ਹੈ, ਸੰਸਾਰ ਕਾਲਕ ਹੈ, ਨਿਰੰਕਾਰ ਅਤੇ ਸੰਸਾਰ 'ਚ ਇੰਨਾ ਹੀ ਫਰਕ ਹੈ। ਜਿਤਨੇ ਨਿਰੰਕਾਰ ਨੂੰ ਡਿਵੋਟੀ ਹੋ ਕੇ ਚੱਲੋਗੇ, ਅੰਜਨ 'ਚ ਘੱਟ ਵਿਲਿਪਤ ਹੋਵੋਗੇ। ਦੇਖੋ ਅੱਜ ਕਿਸੇ ਨਾਲ ਸਾਂਝ ਹੈ, ਕੱਲ੍ਹ ਨੂੰ ਮਨ ਮਟਾਵ ਹੋਏਗਾ, ਪੱਕਾ ਹੈ, ਕਿਉਂ ਨਹੀਂ ਹੋਏਗਾ?
ਰਿਸ਼ਤਿਆਂ ਦਾ ਪਤਾ ਕਦੋਂ ਲੱਗਦਾ? ਜਦੋਂ ਰਿਸ਼ਤਿਆਂ 'ਚ ਝਗੜਾ ਹੁੰਦਾ। ਜਿੰਨੀ ਦੇਰ ਤੱਕ ਝਗੜਾ ਨਹੀਂ ਨਾ ਹੋਇਆ, ਅਜੇ ਰਿਸ਼ਤਾ ਨਹੀਂ ਹੋਇਆ, ਅਜੇ ਰਿਸ਼ਤਾ ਬਣਿਆ ਨਹੀਂ। ਇੰਟਰੈਕਸ਼ਨ ਹੁੰਦੀ ਉਦੋਂ ਆ ਜਦੋਂ ਤੁਸੀਂ ਕਿਸੇ ਨੂੰ ਕਨਵਿੰਸ ਕਰਨ ਦੀ ਕੋਸ਼ਿਸ਼ ਕਰਦੇ ਹੋ, ਅਗਲਾ ਤੁਹਾਡੀ ਕਨਵਿੰਸ ਨੂੰ ਨਾ ਮੰਨ ਕੇ ਆਪਣੀ ਗੱਲ ਦੇ ਉੱਤੇ ਅਡਿਗ ਹੁੰਦਾ, ਬੈਕ ਐਂਡ ਫੋਰਥ ਜਦੋਂ ਇਸ ਹੈਸਲ 'ਚ ਪੈਂਦੇ ਹੋ, ਦੈਟ ਮੀਨ ਹੁਣ ਰਿਲੇਸ਼ਨਸ਼ਿਪ ਡਿਵੈਲਪ ਹੋਣ ਲੱਗੀ ਹੈ, ਇੱਥੋਂ ਰਿਸ਼ਤਾ ਡਿਵੈਲਪ ਹੋਣਾ ਸ਼ੁਰੂ ਹੁੰਦਾ। ਬੰਦਾ ਸਾਡੀ ਅੱਜ ਦੀ ਦੁਨੀਆ ਪਤਾ ਕਿਹੜੀ ਹੈ? ਬੀ ਪੋਜ਼ਿਟਿਵ, ਥਿੰਕ ਪੋਜ਼ਿਟਿਵ, ਟਾਕ ਪੋਜ਼ਿਟਿਵ। ਜੇ ਕੋਈ ਮਾੜੀ ਜੀ ਗੱਲ ਕਰੇ, ਯੂ ਆਰ ਟੂ ਨੈਗੇਟਿਵ, ਯੂ ਨੋ, ਨੋ ਨੋ ਨੋ, ਆਈ ਡੋਂਟ ਲਾਈਕ ਨੈਗੇਟਿਵਿਟੀ। ਉਹ ਭਲਿਆ ਦੁਨੀਆ ਪੋਜ਼ਿਟਿਵ ਨੈਗੇਟਿਵ ਦਾ ਮੇਲ ਆ। ਇੱਥੇ ਇਕੱਲਾ ਰਾਈਟ ਰਾਈਟ ਜਾ ਕੇ ਗੱਡੀਆਂ ਨਹੀਂ ਚੱਲਦੀਆਂ, ਮੇਰੇ ਖਿਆਲ ਜੇ 4 ਰਾਈਟ ਗਿਆ ਤਾਂ 6 ਲੈਫਟ ਮਾਰਨੀਆਂ ਪੈਣੀਆਂ ਨੇ ਇੱਥੇ। ਇਹ ਸੁਮੇਲ ਆ, ਇਹ ਚੀਜ਼ਾਂ ਇਸ ਤਰੀਕੇ ਚੱਲਦੀਆਂ ਨੇ। ਦੁਨੀਆ ਮਿਕਸਚਰ ਇਸ ਰੂਪ ਦੇ ਵਿੱਚ, ਅੰਜਨ ਰਹੇਗਾ ਭਾਈ, ਕਾਲਖ ਰਹੇਗੀ, ਮੈਲ ਰਹੇਗੀ, ਮੇਰੇ ਅੰਦਰ ਵੀ ਰਹੇਗੀ। ਮੈਨੂੰ ਤੁਸੀਂ ਕਈ ਵਾਰ ਦੇਖੋਗੇ, ਦੋਸਤ ਹੈ ਉਹਦਾ ਭਲਾ ਮੰਗਦੇ ਹੋ, ਵਾਹਿਗੁਰੂ ਇਹਨੂੰ ਕੋਈ ਮੁਸ਼ਕਿਲ ਪੈ ਗਈ ਹੈ, ਇਹਦਾ ਭਲਾ ਹੋਏ ਜ਼ਿਆਦਾ ਹੋ ਜਾਏ। ਪਤਾ ਕੀ ਹੋਏਗਾ? ਜੈਲਸ ਆਏਗੀ ਅੰਦਰ, ਕੱਲ੍ਹ ਤੱਕ ਨਾ ਇਹ ਮੇਰੇ ਤੋਂ ਮਦਦ ਮੰਗਦਾ ਹੈਗਾ, ਅੱਜ ਦੇਖ ਲੈਣ ਇਹ ਪੁੱਛਦਾ ਵੀ ਨਹੀਂ। ਅੰਜਨ ਹਸਬੈਂਡ ਵਾਈਫ ਇੱਕ ਛੱਤ ਹੇਠ ਰਹਿੰਦਿਆਂ, ਇੱਕ ਘਰ ਨੂੰ ਸੰਭਾਲਦਿਆਂ, ਇੱਕ ਦੂਜੇ ਪ੍ਰਤੀ ਈਰਖਾ, ਅੰਜਨ। ਜਦੋਂ ਤੁਸੀਂ ਡਿਵਾਈਨ ਦੀ ਗੱਲ ਕਰਦੇ ਹੋ ਨਾ, ਮੋਸਟ ਆਫ ਦ ਟਾਈਮ ਵੈਨ ਟੂ ਪੀਪਲ ਟਾਕ ਅਬਾਊਟ ਡਿਵਾਈਨ, ਦੇ ਟਾਕ ਟੋਟਲੀ ਪਿਓਰਿਟੀ, ਐਂਡ ਦੇ ਵੈਨ ਦੇ ਟਰਾਇੰਗ ਟੂ ਪਿਓਰ ਮੀਨ ਸ਼ੁੱਧ, ਬਿਲਕੁਲ ਬਸ ਸ਼ੁੱਧ ਹੋ ਜਾਓ, ਅਤੇ ਸ਼ੁੱਧ ਇੱਥੋਂ ਤੱਕ ਹੋ ਜਾਓ ਵੀ ਕਿਸੇ ਵੱਲ ਵੇਖਣਾ ਨਹੀਂ, ਕਿਸੇ ਨੂੰ ਸੁਣਨਾ ਨਹੀਂ, ਕਿਸੇ ਨਾਲ ਤੱਕਣਾ ਨਹੀਂ, ਕਿਸੇ ਨੂੰ ਮਤਲਬ ਹੱਥ ਨਹੀਂ ਲਾਉਣਾ, ਬਸ ਖਾਣਾ ਨਹੀਂ, ਪੀਣਾ ਨਹੀਂ, ਬਸ ਹੁਣ ਮੈਂ ਸ਼ੁੱਧ ਹੋ ਚੱਲਾ। ਦੈਟ ਇਜ਼ ਸੈਲਫ ਕਿਲਿੰਗ, ਐਂਡ ਪੀਪਲ ਯੂਜਲੀ ਸੇ ਦਿਸ ਇਜ਼ ਅ ਡਿਵੋਸ਼ਨਲ ਐਕਟ। ਬਾਬਾ ਜੀ ਕਹਿੰਦੇ ਕਿਹੜੀ ਗੜਬੜ ਆ, ਕੀ ਕਰ ਰਹੇ ਹੋ? ਦੇਖੋ ਨਾ, ਅੰਜਨ ਕਾਲਖ ਆ, ਕਾਲਖ ਮੈਲ ਆ। ਗੁਰੂ ਬਾਬਾ ਜੀ ਦਾ ਬਚਨ ਹੈ, ਤੁਸੀਂ ਪੜ੍ਹਿਆ ਹੋਣਾ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕ੍ਰਿਤ ਤਾਂ ਹੋਵਾ। ਇਹ ਪਾਕ ਪਵਿੱਤਿਆ, ਲੰਗਰ 'ਚ ਪ੍ਰਸ਼ਾਦਾ ਬਣਦਾ ਹੋਏ ਅਰੋਮਾ ਆਉਂਦਾ, ਮਹਿਕ ਆ ਰਹੀ ਹੈ, ਪਾਕ ਪਵਿੱਤਰ ਹੈ, ਅਰੋਮਾ, ਖੁਸ਼ਬੂ। ਥਾਲੀ 'ਚ ਪਿਆ ਹੋਇਆ ਪ੍ਰਸ਼ਾਦਾ ਖੁਸ਼ਬੂਆਂ ਛੱਡ ਰਿਹਾ, ਵਾਹ ਬਹੁਤ ਅੱਛਾ। ਹੋਏਗਾ ਕੀ? ਕਾਹਦੇ ਲਈ ਬਣਾਇਆ ਉਹ? ਖਾਣ ਲਈ। ਖਾਓ, ਖਾ ਕੇ ਕੀ ਹੋਏਗਾ? ਪਾਪੀ ਸਿਉਂ ਤਨ ਗੱਡਿਆ, ਤੁੱਕਾਂ ਪਈਆਂ, ਇਹ ਵਿਸ਼ਟਾਂ ਨੂੰ ਕੌਣ ਲਾਈਕ ਕਰਦਾ? ਹੂ ਲਾਈਕ ਸਟੂਲ? ਨੋਬਡੀ। ਪਰ ਸਟੂਲ ਬਣਿਆ ਕਿੱਥੋਂ ਹੈ? ਅਨਾਜ ਤੋਂ। ਉਹੀ ਅਨਾਜ ਜਿਹੜਾ ਥਾਲੀ 'ਚ ਪਿਆ ਮਹਿਕਾਂ ਛੱਡ ਰਿਹਾ ਸੀ। ਇਹ ਅੰਜਨ ਅਤੇ ਨਿਰੰਜਨ ਦੀ ਸਮਝ ਹੈ। ਤੁਸੀਂ ਅੰਜਨ ਛੱਡ ਕੇ ਦੌੜ ਨਹੀਂ ਸਕਦੇ। ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਨਾ ਨਾ ਨਾ, ਮੈਂ ਤਾਂ ਪਾਕ ਪਵਿੱਤਰ ਰਹਿਣਾ। ਕਿਵੇਂ ਰਹੇਗਾ ਤੂੰ? ਹਾਂ, ਸੁਰਤ ਕਰਕੇ ਤੂੰ ਆਪਣੀ ਐਸੋਸੀਏਸ਼ਨ ਹਾਇਰ ਥੋਟ 'ਚ ਲੈ ਕੇ ਜਾਣੀ ਹੈ। ਅੰਜਨ ਵਿੱਚ ਰਹਿਣਾ ਅਤੇ ਨਿਰੰਜਨ ਨਾਲ ਜੁੜਨਾ, ਆਪਣੇ ਅੰਦਰ ਨੂੰ ਐਡਰੈਸ ਕਰਨਾ। ਵੈਨ ਯੂ ਆਰ ਗੋਇੰਗ ਥਰੂ ਸਮ ਸੋਰਟ ਆਫ ਜੈਲਸ, ਟਰਾਈ ਟੂ ਗੈਟ ਦਿਸ ਕਾਇੰਡ ਆਫ ਅੰਡਰਸਟੈਂਡਿੰਗ, ਵਾਈ ਆਈ ਮੀਨ ਜੈਲਸ। ਕਿਤੇ ਐਸਾ ਤਾਂ ਨਹੀਂ ਸਾਹਮਣੇ ਵਾਲੇ ਦਾ ਫਾਲਟ ਹੀ ਕੋਈ ਨਹੀਂ, ਇਹ ਮੇਰੀ ਪਰਸੈਪਸ਼ਨ ਆ, ਮੈਂ ਕਿਉਂ ਗੁੱਸੇ 'ਚ ਹਾਂ? ਤੁਸੀਂ ਦੇਖੋ, ਕਈ ਵਾਰੀ ਅਸੀਂ ਬੱਚਿਆਂ ਨੂੰ ਸਿਖਾਉਂਦੇ ਹੁੰਦੇ ਹਾਂ, ਮਾਪੇ ਜਿਹੜੇ ਨਾ ਬੱਚਿਆਂ ਨੂੰ ਘੂਰ ਕੇ ਪੈਂਦੇ ਆ, ਤੁਸੀਂ ਦੇਖਿਆ ਨਾ, ਅਸੀਂ ਵੀ ਹੈਗੇ ਹਾਂ ਸਾਰੇ ਇਸ ਤਰੀਕੇ ਨਾਲ। ਜਿਹੜੇ ਕੈਂਪ ਲਾਉਂਦੇ ਨਾ ਬੱਚਿਆਂ ਨੂੰ ਇਹੋ ਜਿਹੇ ਟੂਲ ਸਿਖਾਉਂਦੇ ਹਾਂ ਅਸੀਂ, ਡੈਡ ਮੋਮ ਘੂਰਦੇ ਨੇ, ਤੁਹਾਨੂੰ ਚੰਗਾ ਲੱਗਦਾ? ਵੀ ਡੋਂਟ ਲਾਈਕ ਇਟ। ਓਕੇ, ਵਟ ਡੂ ਯੂ ਡੂ? ਦਸ ਵੀ ਹੈਵ ਟੂ ਫੋਲੋ ਇਟ, ਵੀ ਹੈਵ ਟੂ ਐਕਚੁਲੀ, ਔਰ ਅਦਰਵਾਈਜ਼ ਵੀ ਗੋਨਾ ਸ਼ੋ ਮੋਰ ਅਗਰੈਸ਼ਨ ਟੂਵਰਡ ਦੈਮ। ਹਾਊ ਅਬਾਊਟ ਐਕਚੁਲੀ ਦਿਸ ਸਟ੍ਰੈਟਜੀ? ਵਟ ਦ ਸਟ੍ਰੈਟਜੀ ਇਜ਼? ਓਕੇ, ਆਸਕ ਯੂਰ ਡੈਡ ਮੋਮ, ਮੋਮ ਡੈਡ ਆਈ ਅੰਡਰਸਟੈਂਡ
ਯੂ ਆਰ ਐਂਗਰੀ, ਯੂ ਡੋਂਟ ਲਾਈਕ ਵਟ ਆਈ ਸੇਟ, ਯੂ ਡੋਂਟ ਲਾਈਕ ਵਟ ਆਈ ਡੂ, ਬਟ ਬਿਫੋਰ ਯੂ ਕਮ ਔਨ ਦੈਟ ਪੁਆਇੰਟ ਵੇਅਰ ਯੂ ਵਾਂਟ ਟੂ ਡਿਸਿਪਲਿਨ ਮੀ, ਕੈਨ ਯੂ ਟੈਲ ਮੀ ਇਨ ਐਕਚੁਲੀ ਪ੍ਰੋਪਰ ਵਰਡਸ ਵਟ ਕਾਇੰਡ ਆਫ ਐਕਸਪੈਕਟੇਸ਼ਨ ਡੂ ਯੂ ਹੈਵ ਫਰੋਮ ਮੀ? ਲੜ ਲਈ ਮੇਰੇ ਨਾਲ, ਗੁੱਸਾ ਕਰ ਲਈ, ਕੋਈ ਗੱਲ ਨਹੀਂ, ਮੈਂ ਤੈਨੂੰ ਕੁਛ ਨਹੀਂ ਕਿਹਾ, ਪਰ ਮੈਨੂੰ ਇਹ ਤਾਂ ਦੱਸ ਦੇ ਮੇਰੇ ਤੋਂ ਚਾਹੁੰਦੇ ਕੀ ਹੋ ਤੁਸੀਂ? ਨਾਲ ਦੀ ਨਾਲ ਰਿਸ਼ਤਾ ਵੱਖਰੇ ਨਿਵਾਰ ਚਾਹਦੇ ਹੋ, ਇਹ ਹੈ ਅੰਜਨ ਚ ਨਿਰੰਜਨ, ਇਹ ਹੈ ਵਾਹਿਗੁਰੂ ਦੇ ਅਸਲ ਭੈ ਵਿੱਚ ਆ ਜਾਣਾ। ਬਾਬਾ ਜੀ ਕਹਿੰਦੇ ਤੇ ਉਹ ਕਿਤੋਂ ਬਾਹਰੋਂ ਨਹੀਂ ਆਉਣਾ, ਉਹਨੇ ਆਪੇ ਆਪ ਬਹੁਤ ਕਮਾਲ ਦਾ ਪ੍ਰੋਨਾਊਨ ਜੇ ਪੰਜਾਬੀ ਜ਼ਬਾਨ ਦੇ ਵਿੱਚ ਬਾਬਾ ਜੀ ਨੇ ਬੜਾ ਯੂਜ਼ ਕੀਤਾ। ਜੇ ਮੈਂ ਪ੍ਰੋਨਾਊਨਸ ਨੂੰ ਕੈਟਾਗਰਾਈਜ਼ ਕਰਾਂ ਤੇ ਪ੍ਰੋਨਾਊਨ ਦੇ ਵਿੱਚ ਸਪੋਜ਼ ਕਰੋ ਆਪਣੀ ਗੱਲ ਕਰ ਰਿਹਾ ਵਾਂ ਤਾਂ ਕੀ ਕਹਾਂਗਾ, ਮੈਂ ਤੁਹਾਡੀ ਗੱਲ ਕਰਾਂਗਾ ਤੇ ਤੂੰ, ਸਤਿਕਾਰ ਨਾਲ ਕਹਾਂਗਾ ਤੇ ਤੁਸੀਂ, ਪਰ ਜਦੋਂ ਕਹਾਂਗਾ ਆਪ ਸਾਰਾ ਕੁਝ ਇਨਕਲੂਡ ਹੋ ਜਾਏਗਾ, ਯੂ ਮੀ ਐਂਡ ਐਵਰੀਥਿੰਗ। ਇਹ ਹੈ, ਆਪਾਂ ਐਕਸਕਲੂਡ ਕਰ ਹੀ ਨਹੀਂ ਸਕਦੇ, ਅਸੀਂ ਸਾਡੇ ਸਾਰਿਆਂ ਦੀ ਹੋਣੀ ਇਕੱਠੀ ਹੈ, ਅਸੀਂ ਸਾਰਿਆਂ ਨੇ ਹੀ ਕਰਤਾਰ ਦੇ ਉਸ ਰੰਗ 'ਚ ਰੰਗੇ ਰਹਿਣਾ ਹੈ। ਅਤੇ ਮਹਾਰਾਜ ਕਹਿੰਦੇ ਉਹ ਆਪ ਹੀ ਸਭ ਕਾਸੇ ਨੂੰ ਕਰਨ ਵਾਲਾ, ਕਿਉਂ ਕਿਸੇ ਨੂੰ ਐਕਸਕਲੂਡ ਕਰਕੇ ਭੱਜਣ ਦੀ ਕੋਸ਼ਿਸ਼ ਕਰ ਰਿਹਾ? ਰੱਬ ਕਿੱਥੇ ਰੱਬ ਰੱਬੇਗਾ? ਉਹ ਕਿਸੇ ਤੇਰਾ ਬਣਾਇਆ ਨਾ ਬਣਨਾ, ਤੇਰਾ ਟੁੱਟਣਾ ਨਾ ਟੁੱਟਣਾ, ਉਹ ਤਾਂ ਆਪਣੇ ਆਪ ਤੋਂ ਆਪ ਬਣਿਆ ਅਤੇ ਆਪਣੇ ਆਪ 'ਚ ਵਰਤ ਰਿਹਾ, ਆਪੇ ਆਪ ਨਿਰੰਜਨ ਸੋਈ। ਹੁਣ ਕਰਨਾ ਕੀ ਹੈ? ਵਟ ਸ਼ੁੱਡ ਵੀ ਡੂ? ਲੈਟਸ ਕਮ ਟੂਵਰਡ ਦਾ ਨੈਕਸਟ ਲਾਈਨ। ਕਲੀਅਰ ਹੋ ਗਈ ਉੱਥੋਂ ਤੱਕ ਤਾਂ ਬਾਤ? ਠੀਕ ਹੈ ਨਾ? ਜੇ ਦੀ ਟਰਾਂਸਲੇਸ਼ਨ ਪੜ੍ਹਨੀ ਹੋਏ, ਕਿਉਂਕਿ ਲਿਟਰਲੀ ਟਰਾਂਸਲੇਸ਼ਨ ਕਰਨੀ ਹਾਰਡ ਹੁੰਦੀ ਇਹਨਾਂ ਚੀਜ਼ਾਂ ਦੀ, ਤਾਂ ਅਸੀਂ ਇੰਟਰਪ੍ਰੀਟੇਸ਼ਨ 'ਚ ਜਾਂਦੇ ਹਾਂ। ਇਹ ਹੈ ਵਾਹਿਗੁਰੂ ਕਾਂਟ ਬੀ ਸਟੈਬਲਿਸ਼ ਔਰ ਕ੍ਰੀਏਟਿਡ ਬਾਈ ਐਨੀ ਵਨ, ਐਗਜ਼ਿਸਟੈਂਸ ਇਜ਼ ਪਿਓਰ, ਸੈਲਫ ਇਲੀਮੀਨੇਟਿਡ ਐਂਡ ਨੋਟ ਐਨ ਇਲਿਊਜ਼ਨ। ਰੱਬ ਕੋਈ ਮਾਇਆ ਨਹੀਂ ਗਾ, ਮੈਂ ਤੁਸੀਂ ਕਲਪਨਾ ਕਰ ਲਈ ਦੱਸਤੀ, ਬਾਬਾ ਜੀ ਕਹਿੰਦੇ ਨਾ ਉਹ ਰਿਐਲਿਟੀ ਹੈਗੀ। ਹੁਣ ਆ ਜਾਓ, ਆਪਾਂ ਕੀ ਕਰਨਾ? ਆਪਣਾ ਕੰਮ ਹੈ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਇੱਕ ਇੱਕ ਪੰਗਤੀ ਸ਼ੀਸ਼ੇ ਦੀ ਤਰ੍ਹਾਂ ਸਾਫ਼ ਹੈ। ਹਾਂ, ਮੈਂ ਨਾ ਸਮਝਣ ਦੀ ਕਸਮ ਖਾਧੀ ਹੋਏ ਤਾਂ ਗੱਲ ਵੱਖਰੀ। ਕਿਹਾ ਜਿਨ ਸੇਵਿਆ, ਹਾਲਾਂਕਿ ਦੀ ਟਰਾਂਸਲੇਸ਼ਨ ਪ੍ਰੋਫੈਸਰ ਸਾਹਿਬ ਸਿੰਘ ਜੀ ਕਰਦੇ ਨੇ, ਜਿਸ ਮਨੁੱਖ ਨੇ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਸਿਮਰਿਆ ਹੈ। ਹੁਣ ਸਿਮਰਿਆ ਅਤੇ ਸੇਵਿਆ, ਸੇਵਿਆ ਸੇਵਾ ਕਿਹਦੀ ਕਰੋਗੇ? ਰੱਬ ਦੀ। ਰੱਬ ਅਕਾਲ ਪੁਰਖ ਹੈ, ਸਾਡੇ ਘਰ ਹੈ ਪੂਜਾ ਅਕਾਲ ਦੀ, ਰੱਬ ਦੀ ਪੂਜਾ ਕੀ ਕਰੋਗੇ? ਹਾਲਾਂਕਿ ਲੋਕਾਂ ਨੇ ਥਾਲੀਆਂ ਦੇ ਵਿੱਚ ਰੋਟੀਆਂ ਪਾ ਕੇ, ਕੌਲੀਆਂ 'ਚ ਸਬਜ਼ੀਆਂ ਪਾ ਕੇ ਰੱਬ ਨੂੰ ਭੋਗ ਲਵਾਏ ਨੇ, ਅਜੇ ਵੀ ਲਵਾਉਂਦੇ ਨੇ। ਸਾਡੇ ਅਸੀਂ ਆਪਣੇ ਘਰ ਦੇ ਵਿੱਚ ਦੇਗ ਪ੍ਰਸ਼ਾਦਾ ਲੈ ਕੇ ਆਉਂਦੇ ਹਾਂ ਸਭ ਚੀਜ਼ਾਂ ਉਸ ਰੂਪ ਦੇ 'ਚ। ਇਹਦਾ ਜਿਹੜਾ ਐਕਚੁਅਲ ਮੈਸੇਜ ਹੈ, ਉਸ ਮੈਸੇਜ ਨੂੰ ਧਿਆਨ ਨਾਲ ਸੁਣਿਓ ਜੇ। ਸਪੋਜ਼ ਪ੍ਰੋਗਰਾਮ ਧਰਮਪਾਲ ਵੀਰ ਜੀ ਨੇ ਕਰਵਾਇਆ ਗੁਰਦੁਆਰਾ ਸਾਹਿਬ, ਸੁਖਮਨੀ ਸਾਹਿਬ ਦਾ ਪਾਠ ਹੈ, ਅਖੰਡ ਪਾਠ ਦਾ ਭੋਗ ਪੈ ਰਿਹਾ, ਕੁਛ ਪੈ ਗਿਆ ਉਸ ਤਰੀਕੇ ਨਾਲ, ਅਤੇ ਸਮਹਾਓ ਗੁਰਦੁਆਰਾ ਸਾਹਿਬ ਦਾ ਸਾਂਝਾ, ਮੈਂ ਵੀ ਆ ਗਿਆ ਗੁਰਦੁਆਰਾ ਸਾਹਿਬ। ਜਦੋਂ ਮੈਂ ਆ ਕੇ ਮੱਥਾ ਟੇਕ ਰਿਹਾ ਤਾਂ ਉਦੋਂ ਮੈਨੂੰ ਪਤਾ ਲੱਗਾ ਵੀ ਇੱਥੇ ਤਾਂ ਧਰਮਪਾਲ ਰਾਣਾ ਨੂੰ ਸਰੂਪਾ ਮਿਲ ਰਿਹਾ, ਅਤੇ ਮੇਰੀ ਧਰਮਪਾਲ ਨਾਲ ਬਣਦੀ ਨਹੀਂ, ਬਹੁਤ ਪਿਆਰੀ ਸਾਂਝ ਸਾਡੀ, ਮੈਂ ਜਸਟ ਇਗਜ਼ਾਮਪਲ ਕਰ ਰਿਹਾ ਇਸ ਤਰੀਕੇ, ਮੇਰੀ ਬਣਦੀ ਨਹੀਂ। ਹੁਣ ਕੀ ਹੈ, ਮੈਂ ਤਾਂ ਸਟੱਕ ਹੋ ਗਿਆ ਵੀ ਇਹ ਤਾਂ ਗਲਤ ਹੋ ਗਿਆ। ਅੱਛਾ, ਉਸ ਤੋਂ ਬਾਅਦ ਦੇਗ ਵਰਤਣ ਲੱਗੀ ਹੈ, ਅਤੇ ਦੇਗ ਡੈਫੀਨੇਟਲੀ ਉਹਦੀ ਭੇਟਾ ਇਹਨਾਂ ਦੀ ਫੈਮਿਲੀ ਨੇ ਦਿੱਤੀ, ਇਹਨਾਂ ਨੇ ਦਿੱਤੀ ਹੈ। ਸੋ ਮੈਂ ਦੇਗ ਲੈਣ ਤੋਂ ਆਨਾਕਾਨੀ ਕਰ ਸਕਦਾ? ਮੈਂ ਕਹਾਂਗਾ ਨਹੀਂ ਨਹੀਂ ਨਹੀਂ, ਦੇਗ ਧਰਮਪਾਲ ਦੀ ਹੈ ਅਤੇ ਮੇਰੀ ਤਾਂ ਬਣਦੀ ਨਹੀਂ ਉਹਦੇ ਨਾਲ, ਮੈਂ ਕਿਉਂ ਲਵਾਂਗਾ ਦੇਗ? ਅੱਛਾ, ਮੁੜ ਕੇ ਮੈਨੂੰ ਕੋਈ ਚੱਲ ਲੰਗਰ ਛੱਕ ਦੇ ਥੱਲੇ, ਮੈਂ ਨਹੀਂ ਲੰਗਰ ਛੱਕਣਾ। ਕਿਉਂ? ਕਿਉਂਕਿ ਧਰਮਪਾਲ ਰਾਣਾ ਲੰਗਰ ਹੈ। ਐਕਚੁਅਲੀ ਨੋ ਡਾਊਟ ਧਰਮਪਾਲ ਰਾਣੇ ਰੱਬ ਗੁਰੂ ਮਹਾਰਾਜ ਦੀ ਸੰਗਤ ਦੀ ਸੇਵਾ ਲਈ ਹੈ, ਪਰ ਹੋਇਆ ਕਿ ਜਦੋਂ ਅਰਦਾਸ ਹੋਈ, ਅਰਦਾਸ ਤੋਂ ਬਾਅਦ ਸ੍ਰੀ ਸਾਹਿਬ ਚੱਕੀ ਉਹਨੂੰ ਭੇਟਾ ਕਰਤਾ। ਜਦੋਂ ਸ੍ਰੀ ਸਾਹਿਬ ਭੇਟ ਹੋ ਗਈ
ਹੁਣ ਉਹ ਲੰਗਰ ਨਾ ਮੇਰਾ ਰਿਹਾ, ਨਾ ਧਰਮਪਾਲ ਵੀਰ ਜੀ ਦਾ ਰਿਹਾ, ਨਾ ਕੋਈ ਦੂਜੇ ਦਾ, ਨਾ ਤੀਜੇ ਦਾ, ਇਹ ਹੋ ਗਿਆ ਹੁਣ ਗੁਰੂ ਕਾ ਲੰਗਰ। ਹੁਣ ਇਹਦੇ 'ਚ ਨਾ ਧਰਮਪਾਲ ਵੀਰ ਜੀ ਦਾ ਕਲੇਮ ਇਹ ਹੈ ਕਿ ਮੇਰਾ ਲੰਗਰ ਛੱਕ ਰਿਹਾ ਤੂੰ, ਨਾ ਮੈਂ ਕਹਾਂਗਾ ਤੁਹਾਡਾ ਲੰਗਰ ਛੱਕ ਰਿਹਾ ਮੈਂ। ਇੱਕ ਇੰਸਟੀਟਿਊਸ਼ਨ ਬਿਲਡ ਕੀਤਾ ਗੁਰੂ ਸਾਹਿਬ ਨੇ, ਦੈਟ ਇਜ਼ ਦਾ ਮੇਨ ਆਈਡੀਓਲੋਜੀ ਬਿਹਾਈਂਡ ਦੈਟ। ਇਸ ਰੂਪ ਵਿੱਚ ਉਸਨੂੰ ਸਮਝਾਇਆ ਗਿਆ। ਬਾਕੀ ਗੱਲ ਰਹਿ ਗਈ ਮੈਂ ਕੁਝ ਆਪਣੇ ਵੱਲੋਂ ਕੋਈ ਰੱਬ ਨੂੰ ਸੇਵਾ ਕਰਨ ਵਾਸਤੇ ਆਪਾਂ ਪਿੱਛੇ ਪੜ੍ਹਾ ਆ, ਫਿਰ ਕਿ ਅੱਗੇ ਰੱਖੀ ਆ, ਮੈਂ ਉਹਨੂੰ ਕੀ ਅਰਪਿਤ ਕਰਾਂਗਾ, ਮੈਂ ਉਹਦੀ ਕੀ ਸੇਵਾ ਕਰਾਂਗਾ, ਮੇਰੇ ਕੋਲ ਕੀ ਆ ਦੇਣ ਵਾਸਤੇ। ਇਹ ਹੈ ਜੇ ਕੋਈ ਕਰਨਾ ਆ, ਕੁਛ ਕਰਨ ਵਾਲਾ, ਉਹ ਹੈਗੀ ਆ ਮਾਨਵਤਾ ਦੀ ਸੇਵਾ। ਕਿਉਂਕਿ ਰੱਬ ਜ਼ਰੇ ਜ਼ਰੇ 'ਚ ਮੌਜੂਦ ਆ, ਘੱਟ ਘੱਟ ਮੈਂ, ਹਰ ਜੂ ਬਸੈ ਸੰਤਨ ਕਹੋ ਪੁਕਾਰ। ਈਚ ਐਂਡ ਐਵਰੀ ਕ੍ਰੀਚਰ, ਈਚ ਐਂਡ ਐਵਰੀ ਬੀਂਗ ਇਜ਼ ਟੈਲਿੰਗ ਅਸ, ਇਜ਼ ਐਕਚੁਲੀ ਯੂ ਕੈਨ ਸੇ ਉਹਦੀ ਐਗਜ਼ਿਸਟੈਂਸ ਨੂੰ ਸਾਡੇ ਸਾਹਮਣੇ ਉਹ ਸ਼ੋਅ ਕਰ ਰਹੀ ਹੈ, ਮੈਂ ਮੁੱਕਰ ਰਿਹਾ ਵਾਂ, ਮੈਂ ਕਹਿ ਰਿਹਾ ਨਹੀਂ ਨਹੀਂ ਮੈਂ ਰੱਬ ਲੱਭਣਾ ਆ ਅਤੇ ਮੇਰੇ ਸਾਹਮਣੇ ਉਹ ਹੈ, ਮੈਨੂੰ ਤਾਂ ਦਿਸ ਹੀ ਨਹੀਂ ਰਿਹਾ। ਮਹਾਰਾਜ ਬਿਆਨ ਕਰਦੇ ਕਿੱਥੇ ਲੱਭੇਗਾ ਤੂੰ, ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਬਦ ਹੈ ਉਹਦੀ ਉਥਾਨਕਾ ਦਾ, ਐਕਚੁਲੀ ਦ ਗਿਵਨ ਸਿਚੁਏਸ਼ਨ ਵੇਅਰ ਦਿਸ ਸ਼ਬਦ ਹੈਜ਼ ਬੀਨ ਯੂ ਕੈਨ ਪ੍ਰੋਡਿਊਸ ਬਾਏ ਗੁਰੂ ਤੇਗ ਬਹਾਦਰ ਮਹਾਰਾਜ। ਮਹਾਰਾਜ ਵਾਜ਼ ਇਨ ਜੌਨਪੁਰ, ਜੰਗਲ ਦਾ ਇਲਾਕਾ, ਜੌਨਪੁਰ ਦਾ ਇਲਾਕਾ, ਬਿਹਾਰ ਅਤੇ ਯੂਪੀ ਦਾ ਇਲਾਕਾ। ਉੱਥੇ ਨਾ ਭਗਵੇ ਚੋਲੇ ਪਾ ਕੇ ਸਾਧਾਂ ਦੇ ਟੋਲੇ ਤੁਰੇ ਫਿਰਦੇ। ਬਾਬਾ ਜੀ ਨੂੰ ਮਿਲੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ, ਅਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਪੁੱਛਿਆ ਵੀ ਤੁਸੀਂ ਕਿੱਧਰ ਤੁਰੇ ਫਿਰਦੇ ਹੋ? ਕਹਿੰਦੇ ਕਮਾਲ ਹੈ, ਤੁਸੀਂ ਤਾਂ ਬੜੇ ਵੱਡੇ ਧਰਮੀ ਬੰਦੇ, ਤੁਹਾਨੂੰ ਤਾਂ ਨਹੀਂ ਪੁੱਛਣਾ ਚਾਹੀਦਾ। ਬਾਬਾ ਜੀ ਕਹਿੰਦੇ ਲੈ ਮੈਨੂੰ ਕਿਉਂ ਪੁੱਛਣਾ ਚਾਹੀਦਾ, ਦੱਸੋ ਮੈਨੂੰ ਕੀ ਹੋ ਰਿਹਾ। ਕਹਿਣ ਲੱਗੇ ਜੀ ਅਸੀਂ ਰੱਬ ਨੂੰ ਮਿਲਣਾ। ਬਾਬਾ ਜੀ ਕਹਿੰਦੇ ਜੰਗਲ 'ਚ ਰੁੱਸ ਕੇ ਆ ਗਿਆ, ਗਵਾਚ ਗਿਆ, ਯਾਦ ਘਰੋਂ ਘਰੋਂ ਰੁੱਸ ਕੇ ਆ ਗਿਆ, ਤੁਸੀਂ ਇੱਥੇ ਲੱਭਣਾ ਉਹ ਫਲਾਣਾ ਜਗ੍ਹਾ 'ਤੇ ਗਿਆ ਹੋਣਾ। ਉਹ ਕਹਿੰਦੇ ਕਮਾਲ, ਅਸੀਂ ਤਾਂ ਡਿਵੋਟੀ ਭਗਤ ਆ, ਸਾਡਾ ਸਤਿਕਾਰ ਹੀ ਬੜਾ। ਬਾਬਾ ਜੀ ਨੇ ਉੱਥੇ ਸ਼ਬਦ ਲਿਖਿਆ, ਕਾਹੇ ਰੇ ਬਨ ਖੋਜਣ ਜਾ, ਵਾਈ ਆਰ ਯੂ ਵਾਂਡਰਿੰਗ ਇਨ ਦੀਸ ਜੰਗਲਸ, ਵਟ ਆਰ ਯੂ ਲੁਕਿੰਗ ਹੇਅਰ? ਆਈ ਐਮ ਲੁਕਿੰਗ ਫਾਰ ਗੋਡ ਆਲ ਮਾਈਟੀ। ਬਾਬਾ ਜੀ ਕਹਿੰਦੇ ਜਿੱਥੇ ਜਿੱਥੋਂ ਆਇਆ ਉੱਥੇ ਨਹੀਂ ਸੀ ਹੈਗਾ, ਜਿੱਥੋਂ ਤੂੰ ਆਇਆ ਜਿਹੜੇ ਘਰ ਦੇ ਵਿੱਚ ਸੀਗਾ ਰੱਬ ਉੱਥੇ ਨਹੀਂ ਸੀਗਾ, ਓਮਨੀ ਪ੍ਰੈਜੈਂਟ ਆ। ਐਵੇਂ ਕਿਵੇਂ ਹੋ ਸਕਦਾ? ਕਾਹੇ ਰੇ ਮਨ ਖੋਜਣ ਜਾਹੀ, ਸਰਬ ਨਿਵਾਸੀ ਸਦਾ ਅਲੇਪਾ ਤੋਂ ਹੀ ਸੰਗ ਸਮਾਹੀ, ਤੇਰੇ ਨਾਲ ਨਹੀਂ ਆ, ਅੰਗ ਸੰਗ ਨਹੀਂ ਆ, ਕਿਹੋ ਜਿਹਾ ਰੱਬ ਆ ਜਿਹੜਾ ਜੰਗਲ 'ਚ ਬੈਠਾ ਘਰ ਆਇਆ ਸੀਗਾ? ਆਹ ਹੈ ਇਹ ਬੰਦੇ ਨੇ ਥਾਪਿਆ। ਬਾਬਾ ਜੀ ਕਹਿੰਦੇ ਜਿਨ ਸੇਵਿਆ, ਜਿਹਨੇ ਉਹਦੀ ਸੇਵਾ ਕਰ ਲਈ, ਸੇਵਾ ਮਨੁੱਖਤਾ ਦੀ ਸੇਵਾ, ਇਨਸਾਨੀਅਤ ਦੀ ਸੇਵਾ। ਚਾਰ ਚੁਪੇਰੇ ਦਰਵਾਜ਼ੇ ਹੀ ਖੁੱਲ੍ਹੇ ਪਏ ਨੇ, ਜਿੱਥੋਂ ਮਰਜ਼ੀ ਸ਼ੁਰੂ ਕਰ ਲਓ, ਮੁੱਕਣ ਵਾਲੀ ਚੀਜ਼ ਥੋੜ੍ਹਾ। ਸੋ ਇਹਨੇ ਵੇ ਜਿਹੜੀ ਸਾਡੀ ਕਿਰਤ ਆ, ਇਹ ਵੀ ਇੱਕ ਸੇਵਾ ਦਾ ਢੰਗ ਆ, ਐਨਰਜੀ ਆ ਸਾਡੀ, ਇਸ ਐਨਰਜੀ ਨਾਲ ਕੰਟਰੀਬਿਊਟ ਕਰਨਾ। ਕੰਟਰੀਬਿਊਟ ਚੰਗਾ ਕਰੋ, ਵਧੀਆ ਕਰੋ। ਮੈਂ ਸ਼ਿਕਾਇਤਾਂ ਵੀ ਕਰ ਸਕਦਾ ਹਾਂ ਬੜੇ ਕੰਮਾਂ ਬਾਰੇ, ਆਹ ਕੰਮ ਨਹੀਂ ਠੀਕ, ਆਹ ਕੰਮ ਨਹੀਂ ਠੀਕ, ਆਹ ਕੰਮ ਨਹੀਂ ਠੀਕ, ਠੀਕ ਹੈ ਭਾਈ ਕਰ ਲੈ, ਪਰ ਜੇ ਮੈਨੂੰ ਲੱਗਦਾ ਠੀਕ ਨਹੀਂ ਗਾ ਮੈਂ ਕਰਕੇ ਵੀ ਵਿਖਾ ਸਕਦਾ, ਐਵੇਂ ਕਰੋ। ਇਹੀ ਗੁਰੂ ਸਾਹਿਬ ਨੇ ਕੀਤਾ, ਮਤਲਬ ਇੱਕ ਚੀਜ਼ ਦੇ ਪੈਰਲਰ ਇੱਕ ਸੈਕਿੰਡ ਚੀਜ਼ ਖੜੀ ਕੀਤੀ। ਈਵਨ ਸਟੇਟ ਵਿਦ ਇਨ ਸਟੇਟ, ਸਟੇਟ ਦਾ ਸਭ ਤੋਂ ਵੱਡਾ ਮਸਲਾ ਸੀਗਾ, ਸਟੇਟ ਓਪਰੈਸ ਕਰਦੀ ਸੀ, ਸਟੇਟ ਦੇ ਨਾਲ ਲੜਦੇ, ਹਾਂ ਠੀਕ ਰਹੇ, ਜਿੱਥੇ ਉਹ ਸਟੇਟ ਚੜ੍ਹ ਕੇ ਆਈ ਉਹਦਾ ਜਵਾਬ ਵੀ ਦਿੱਤਾ, ਪਰ ਇਹ ਕਿਹਾ ਕੋਈ ਨਾ ਤੁਹਾਨੂੰ ਅਸੀਂ ਸਟੇਟ ਦਾ ਮਾਡਲ ਦਿਆਂਗੇ। ਦਿੱਤਾ ਮਾਡਲ ਗੁਰੂ ਸਾਹਿਬ ਨੇ, ਐਸਾ ਮਾਡਲ ਦਿੱਤਾ ਕਿ ਉਸ ਸਟੇਟ ਦੇ ਵਿੱਚ ਜਿਹੜੀ ਸਟੇਟ ਮੁਸਲਮਾਨ ਜਿਹੜੇ ਰੂਲਰ ਸੀ ਉਹਨਾਂ ਨੂੰ ਤੋੜ ਕੇ ਬਣੀ ਹੋਏ, ਪੰਜਾਬ ਦੇ ਵਿੱਚ ਬਿਫੋਰ ਸਿੱਖ ਰਜ਼ੀਮ ਕੇਮ ਇਨ ਪਾਵਰ ਮੁਸਲਿਮ ਰੂਲਰਸ ਵਰ ਦੇਅਰ, ਐਂਡ ਆਫਟਰਵਰਡ ਸਿੱਖ ਐਕਚੁਲੀ ਰਜ਼ੀਮ ਕੇਮ ਇਨ ਪਾਵਰ, ਐਂਡ ਵੈਨ ਬ੍ਰਿਟਿਸ਼ਰਸ ਐਕਚੁਲੀ ਟਰਾਈ ਟੂ ਕੌਂਕਰਡ ਪੰਜਾਬ, ਦੈਨ ਹੂ ਵਰ ਫਾਈਟਿੰਗ ਅਗੇਂਸਟ ਬ੍ਰਿਟਿਸ਼ਰਸ? ਇਫ ਯੂ ਰੀਡ ਫਿਊ ਐਕਚੁਲੀ ਸਮ ਲਿਟਰੇਚਰ ਇਨ ਪੰਜਾਬੀ ਲੈਂਗੁਏਜ, ਵਨ ਆਫ ਐਕਚੁਲੀ ਗੁੱਡ ਰਾਈਟਰ ਇਜ਼ ਸ਼ਾਹ ਮੁਹੰਮਦ, ਇਹ ਮੁਸਲਿਮ ਮੋਮਨ ਹੈ, ਮੁਸਲਮਾਨ ਹੈ।
ਉਹਨੂੰ ਪੜ੍ਹੋ, ਉਹ ਕੀ ਕਹਿੰਦਾ? ਉਹ ਕਹਿੰਦਾ ਜਦੋਂ ਅੰਗਰੇਜ਼ਾਂ ਨਾਲ ਲੜਾਈ ਹੋਣ ਲੱਗੀ ਐਂਡ ਟੂ ਕਰੈਕਟਰਸ ਵਰ ਐਕਚੁਲੀ ਟੁਗੈਦਰ ਦੇ ਵਰ ਫਾਈਟਿੰਗ ਅਗੇਂਸਟ ਬ੍ਰਿਟਿਸ਼ਰਸ, ਹੂ ਵਰ ਦੋਜ਼ ਟੂ ਕਰੈਕਟਰਸ? ਉਹ ਕਹਿੰਦਾ ਮਾਂਗੇ ਖਾਂ ਅਤੇ ਮੇਵਾ ਸਿੰਘ ਹੋਏ ਸਿੱਧੇ, ਹੱਲੇ ਤਿੰਨ ਫਿਰੰਗੀ ਦੇ ਮੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿਬੂਆਂ ਲਹੂ ਨਿਚੋੜ ਸੁੱਟੇ। ਦੋ ਕਰੈਕਟਰਸ ਦੀ ਗੱਲ ਕਰਦਾ, ਮਾਂਗੇ ਖਾਂ ਅਤੇ ਮੇਵਾ ਸਿੰਘ। ਮਾਂਗੇ ਖਾਂ ਮੁਸਲਮਾਨ ਹੈ, ਮੇਵਾ ਸਿੰਘ ਸਿੱਖ ਕਰੈਕਟਰ। ਬੋਥ ਆਰ ਵਰਕਿੰਗ ਹੈਂਡ ਇਨ ਹੈਂਡ ਐਂਡ ਦੈਟ ਇਜ਼ ਦਾ ਐਕਚੁਲੀ ਬ੍ਰਿਟਿਸ਼ਰਸ ਵਾਸਤੇ ਸਭ ਤੋਂ ਵੱਡੀ ਪ੍ਰੋਬਲਮ ਇਹ ਸੀਗੀ, ਆਹ ਕਿਵੇਂ ਹੋ ਗਿਆ? ਕਿਉਂਕਿ ਅਸੀਂ ਇਹ ਹਾਰਮੋਨੀ ਨਹੀਂ ਰਹਿਣ ਦੇਣੀ, ਵੀ ਹੈਵ ਟੂ ਬ੍ਰੇਕ ਇਟ, ਅਦਰਵਾਈਜ਼ ਰੂਲ ਕਿਵੇਂ ਕਰਾਂਗੇ? ਇੱਥੋਂ ਫਿਰ ਉਹ ਸਾਰਾ ਕੋਨਸੈਪਟ ਨਿਕਲ ਕੇ ਆਇਆ ਜਿਹਦਾ ਫਲ ਅਸੀਂ 47 'ਚ ਭੋਗਿਆ। ਅਦਰਵਾਈਜ਼ ਇਹ ਕਿਵੇਂ ਹੋ ਸਕਦਾ ਕਿ ਲੋਕ ਉੱਧਰ ਵੀ ਰੋਂਦੇ, ਆਹ ਪੰਜਾਬ ਮੇਰਾ, ਆਹ ਪੰਜਾਬ ਮੇਰਾ, ਤਾਂ ਉੱਧਰ ਕਿਉਂ ਆਈ ਤੁਹਾਨੂੰ? ਵਟ ਹੈਪਨ ਟੂ ਯੂ ਗੈਸ ਦੈਟ ਡੇ ਵੈਨ ਯੂ ਅਸਲੀ ਸਟਾਰਟ ਕਿਲਿੰਗ ਈਚ ਅਦਰ? ਇਟਸ ਏ ਬਰੂਡਲ ਥਿੰਗ, ਬਟ ਦੈਟ ਬਰੂਡਲ ਥਿੰਗ ਵਾਜ਼ਨਟ ਕਮਿੰਗ ਜਸਟ ਆਊਟ ਆਫ ਦ ਬਲੂ, ਇਟ ਹੈਜ਼ ਬੀਨ ਐਕਚੁਲੀ ਯੂ ਕੈਨ ਸੇ ਪਲਾਂਟਡ ਵਿਦ ਸਮ ਕਾਇੰਡ ਆਫ ਬਿਊਰੋਕਰੇਟ, ਸਮ ਕਾਇੰਡ ਆਫ ਯੂ ਕੈਨ ਸੇ ਗਵਰਨਿੰਗ ਬਾਡੀਜ਼, ਐਂਡ ਦੇ ਕਾਇੰਡ ਆਫ ਕਲਟੀਵੇਟ ਇਟ ਫਰਮ ਈਅਰਸ, ਐਂਡ ਐਟ ਦ ਐਂਡ ਦੈਟ ਰਿਜ਼ਲਟ ਵਾਜ਼ ਦੇਅਰ। ਸੇਮ ਵੇ ਓਵਰ ਹੇਅਰ, ਈਵਨ ਵਰਲਡ ਵਾਈਡ ਜਿਹੜੀ ਆ ਡਰਟੀ ਪੋਲੀਟਿਕਸ ਹੋ ਰਹੀ, ਆਈਡੈਂਟੀ ਪੋਲੀਟਿਕਸ, ਦੂਜੀ ਪੋਲੀਟਿਕਸ, ਕੀ ਹੋ ਰਿਹਾ ਸਾਰਾ ਇਹ? ਆ ਹੇਟ ਸਾਰੀ ਦੀ ਸਾਰੀ ਬੀਜੀ ਜਾ ਰਹੀ ਹੈ ਇਮੀਗ੍ਰਾਂਟਸ ਦੇ ਖਿਲਾਫ, ਇਹਨਾਂ ਨੇ ਆਹ ਕਰਤਾ, ਇਹਨਾਂ ਨੇ ਆਹ ਕਰਤਾ। ਦੱਸੋ ਵੀ ਚਲੋ ਮੈਕਸੀਕੋ ਵਾਲੇ ਪਾਸੇ ਕੰਧ ਬਣਾ ਦਿੰਦੇ ਹਾਂ ਪੂਰੀ, ਹੈ ਨਾ, ਸੋਰੀ ਫਰ ਦੈਟ, ਸਾਡੇ ਵੀਰ ਜੀ ਕਹਿੰਦੇ ਹੁੰਦੇ, ਕਹਿੰਦੇ ਕੰਧ ਤਾਂ ਬਣਾ ਸਕਦੇ ਨੇ, ਐਸੀ ਗੱਲ ਨਹੀਂ ਕਿ ਪੈਸਾ ਹੈਗਾ, ਪਰ ਕੰਧ ਬਣਾਉਣ ਵਾਸਤੇ ਪਹਿਲਾਂ ਮੈਕਸੀਕਨ ਬੁਲਾਉਣੇ ਪੈਣਗੇ। ਬਿਫੋਰ ਕਮ ਏਅਰ ਬਿਲਟ ਇਟ, ਜਦੋਂ ਬਣ ਗਿਆ ਨਗਾਉਣ ਜਾਓ ਤੁਸੀਂ, ਮਤਲਬ ਆਹੀ ਗੱਲ ਆ, ਹੋਰ ਕੀ ਹੈ? ਰਿਐਲਿਟੀ ਦੇ ਵਿੱਚ ਗਲੋਬਲ ਵਿਲੇਜ ਹੈ, ਹਾਊ ਕੈਨ ਵੀ ਲਿਵ ਇਨ ਦਿਸ ਕਾਇੰਡ ਆਫ ਐਚਲੀ ਸਿਚੁਏਸ਼ਨ? ਆਪਾਂ ਇਸ ਤਰੀਕੇ ਨਾਲ ਕਿਵੇਂ ਰਹਿ ਸਕਦੇ ਹਾਂ? ਅਸਲੀਅਤ ਜਿਹੜੀ ਹੈ ਉਹ ਹੈ ਕਿ ਸਾਡੇ ਜਿਹੜਾ ਪੋਲੀਟੀਕਲ ਸਟਰਕਚਰ ਆ ਉਹ ਓਵਰਹੌਲ ਹੋਣ ਵਾਲਾ ਪੂਰੀ ਤਰ੍ਹਾਂ। ਕਾਰਪੋਰੇਟ ਵਰਲਡ ਸਾਰਾ ਟੈਲੈਂਟ ਲੈ ਗਿਆ, ਸਾਡੇ ਜਿਹੜੇ ਆਪਣੇ ਆਪ ਨੂੰ ਡਿਗਨਿਟੀਜ਼ ਅਖਵਾ ਰਹੀਆਂ ਨੇ ਸਾਰੀਆਂ, ਉਹ ਉਹਨਾਂ ਦੇ ਮਤਲਬ ਪਾਸਕੂ ਵੀ ਨਹੀਂ ਹੈਗੀਆਂ, ਦੇ ਆਰ ਨੋਟ ਈਵਨ ਕਲੋਜ਼ ਬਾਏ। ਉਹਦੇ 'ਚ ਮਸਲਾ ਹੋਰ ਖੜਾ ਹੋ ਗਿਆ ਕਿ ਉਹ ਟੈਕਸ ਪੇਅਰ ਜਿਹੜੇ ਨੇ ਉਹ ਕਹਿੰਦੇ ਨਹੀਂ 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 ਟੈਕਸ ਨਹੀਂ ਦੇਣਾ ਬਿਲਕੁਲ ਵੀ। ਠੀਕ ਹੈ ਬਾਈ, ਟੈਕਸ ਨਾ ਦਿਓ, ਫਿਰ ਅਖੀਰ ਦੇ ਵਿੱਚ ਪ੍ਰਾਈਜ਼ ਬੜੀ ਹਾਈ ਪੇ ਕਰੋਗੇ, ਹਾਈ ਪ੍ਰਾਈਜ਼ ਲਈ ਤਿਆਰ ਰਹੋ, ਕੋਈ ਕਾਰਪੋਰੇਟ ਵਰਲਡ ਛੱਡੇਗਾ ਥੋੜ੍ਹਾ, ਸਭ ਕਸਮ ਲੁੱਟੇਗਾ ਅਖੀਰ ਵਿੱਚ। ਜੇ ਸਪੋਜ਼ ਕਰੋ ਸਿਕਿਉਰਿਟੀ ਨਾ ਆ ਰਹੀ, ਲਾ ਐਂਡ ਆਰਡਰ ਨਾ ਆ ਰਿਹਾ, ਤਾਂ ਪ੍ਰਾਈਵੇਟ ਸਿਕਿਉਰਿਟੀ ਆਏਗੀ। ਅਫਰੀਕਾ ਜਾ ਕੇ ਦੇਖ ਲਓ ਕਿੱਡੀਆਂ ਕਿੱਡੀਆਂ ਵੱਡੀਆਂ ਜਾਇੰਟ, ਮੈਕਸੀਕੋ ਜਾਓ, ਅਸੀਂ ਜਾਂਦੇ ਹਾਂ ਛੁੱਟੀਆਂ ਉੱਥੇ ਵੋਕੇਸ਼ਨ ਦੇ ਉੱਤੇ, ਜਿਹੜੇ 5-star ਹੋਟਲ 'ਤੇ ਤੁਹਾਨੂੰ ਠਹਿਰਾਇਆ ਜਾਂਦਾ ਆ, ਉੱਥੇ ਬੰਦੇ ਕਹਿੰਦੇ ਮੈਕਸੀਕੋ 'ਚ ਲਾ ਐਂਡ ਆਰਡਰ ਨਹੀਂ ਹੈਗਾ, ਲੋਕ ਕਹਿੰਦੇ ਆਈ ਨੈਵਰ ਵਿਟਨੈਸ ਐਨੀਥਿੰਗ ਓਵਰ ਦੇ। ਬਈ ਕਾਰਨ ਕੀ ਹੈ? ਕਾਰਨ ਇਹ ਹੈ ਉਸ ਰਿਜ਼ੋਰਟ ਨੂੰ ਪ੍ਰਾਈਵੇਟ ਕਰਕੇ ਬਾਹਰ ਪ੍ਰਾਈਵੇਟ ਸਿਕਿਉਰਿਟੀ ਲੈ ਗਈ, ਪੱਤਾ ਵੀ ਨਹੀਂ ਹਿੱਲਦਾ, ਨਵੇਂ ਬਿਜ਼ਨਸ ਕ੍ਰੀਏਟ ਕੀਤੇ ਗਏ ਨੇ। ਸੋ ਇਹ ਚੀਜ਼ਾਂ ਹੋਣਗੀਆਂ ਡੀਪ ਲੈਵਲ 'ਤੇ, ਜਿਹੜੀ ਬਾਤ ਕਰਨ ਟੂਕ ਮਾਤਰ ਸਟੇਟ ਦੀ ਤੁਸੀਂ ਉਹਨੂੰ ਕੰਡੈਮ ਕਰ ਸਕਦੇ ਹੋ, ਬਟ ਵਟ ਯੂ ਆਫਰਿੰਗ ਦੇਅਰ। ਬਾਬਾ ਜੀ ਨੇ ਕਿਹਾ ਕੰਟਰੀਬਿਊਟ ਕਰੋ ਇਨ ਏ ਗੁੱਡ ਗੁੱਡ ਮੈਨਰ, ਜਿੰਨੀ ਤੁਹਾਡੇ ਕੋਲ ਐਨਰਜੀ ਰਿਸੋਰਸ, ਅਤੇ ਰੱਬ ਮਦਦ ਕਰੇਗਾ। ਉਹ ਕਿਹੜਾ ਦੂਰ ਆ, ਉਹਦੀ ਸੇਵਾ ਕਰੋ, ਉਹਦੀ ਸੇਵਾ ਜ਼ਰਰੇ ਜ਼ਰਰੇ 'ਚੋਂ ਮੌਜੂਦ ਆ, ਜਿੱਥੇ ਸੇਵਾ ਕਰੋਗੇ ਐਟ ਦਾ ਐਂਡ ਉੱਥੋਂ ਰਿਜ਼ਲਟ ਆਏਗਾ। ਅਨਫੋਰਚੁਨੇਟ ਪਾਰਟ ਇਹ ਹੈ ਕਿ ਆਈ ਵਾਂਟ ਟੂ ਡੂ ਸਮਥਿੰਗ, ਬਟ ਬਿਫੋਰ ਆਈ ਕੰਟਰੀਬਿਊਟ ਟੂ ਡੂ, ਆਈ ਵਾਂਟ ਸਮ ਸੋਰਟ ਆਫ ਇੰਸ਼ੋਰੈਂਸ, ਸ਼ੋਰਟੀ ਵਟ ਆਈ ਐਮ ਗੋਨਾ ਐਕਚੁਲੀ ਗੈਟ ਇਨ ਰਿਟਰਨ। ਇੱਥੋਂ ਮਸਲਾ ਖੜਾ ਹੁੰਦਾ, ਆ ਇਮਾਰਤ ਖੜੀ ਸਾਡੀ, ਸਾਨੂੰ ਦੁਬਾਰਾ ਦਿਸਦੀਆਂ ਇਹਦੀਆਂ, ਸਾਨੂੰ ਸਾਰਾ ਕੁਝ ਦਿਸਦਾ, ਪਰ ਰਿਐਲਿਟੀ ਇਹ ਹੈ ਜਿਹੜੀਆਂ ਦੁਬਾਰਾ ਸਾਨੂੰ ਦਿਸ ਰਹੀਆਂ ਨੇ, ਦੇ ਨਥਿੰਗ, ਇਹ ਚੂਨਾ ਸਾਰਾ, ਇਹ ਦੁਬਾਰਾ ਪਤਾ ਕਾਹ 'ਤੇ ਖੜੀਆਂ ਨੇ? ਲੱਕੜ 'ਤੇ, ਉਹ ਮਟੀਰੀਅਲ ਸਾਰਾ ਲੁਕਿਆ ਪਿੱਛੇ।
ਜਿਹੜੀ ਚੀਜ਼ ਨੇ ਸਾਰਾ ਸਟਰਕਚਰ ਚੱਕਿਆ ਆ ਉਹ ਦਿਸਦਾ ਹੀ ਨਹੀਂ। ਜੇ ਸਪੋਜ਼ ਸਾਡੀ ਤਰ੍ਹਾਂ ਉਹ ਲੱਕੜਾਂ ਲੜ ਪੈਣ, ਪਿੱਲਰ ਲੜ ਪੈਣ ਸਾਰੇ ਲੋਹੇ ਦੇ ਪਿੱਲਰ ਗਾਰਡਰ, ਉਹ ਕਹਿਣ ਖਬਰਦਾਰ ਜੇ ਮੈਂ ਵੇਟ ਚੁੱਕਣਾ ਤਾਂ ਯੂ ਨੋ ਮੇਰੇ ਤੇ ਨਾ ਤੁਸੀਂ ਡਰਾਈਵਰ ਨਹੀਂ ਲਾ ਸਕਦੇ। ਵਾਏ ਬਿਕੋਜ਼ ਹੋਲ ਵੇਟ, ਆਈ ਐਮ ਦਾ ਬੇਰਿੰਗ ਹੋਲ ਵੇਟ, ਮੈਂ ਸਾਰਾ ਵੇਟ ਚੱਕ ਰਿਹਾ ਅਤੇ ਤੁਸੀਂ ਤੁਸੀਂ ਮੈਨੂੰ ਲੁਕਾ ਦਿੱਤਾ, ਪਤਾ ਤਾਂ ਲੱਗਿਆ ਮੈਨੂੰ ਘੱਟ ਤੋਂ ਘੱਟ। ਤੁਸੀਂ ਕਹੋਗੇ ਸੋਹਣਾ ਲੱਗਦਾ, ਆਹ ਪ੍ਰੋਬਲਮ ਹੈ। ਇੱਥੇ ਗੁਰੂ ਬਾਬਾ ਜੀ ਨੇ ਕਿਹਾ ਮਨੁੱਖਤਾ ਐਵੇਂ ਚੱਲੇਗੀ, ਫਿਰ ਬੰਦਾ ਕਹਿੰਦਾ ਹਾਰਡ ਆ ਭਾਈ ਸਾਹਿਬ, ਮੁਸ਼ਕਲ, ਮੈਨੂੰ ਤਾਂ ਮਾੜੀ ਜੀ ਕੋਈ ਅਟੈਨਸ਼ਨ ਪੇ ਨਾ ਕਰੇ ਅਤੇ ਮੈਨੂੰ ਲੱਗਦਾ ਵੀ ਆਹ ਤਾਂ ਗੜਬੜ ਹੋ ਗਈ, ਮੇਰੇ ਤਾਂ ਕੰਮ ਦਾ ਕੋਈ ਫਾਇਦਾ ਹੀ ਨਹੀਂ ਆਇਆ। ਹਾਂ ਫਿਰ ਇੱਥੇ ਰੱਬ ਦੀ ਭਗਤੀ ਕਰ, ਬੰਦਗੀ ਕਰ ਅਤੇ ਇੰਨੀ ਕਰ ਉਹਦੀ ਸੇਵਾ ਸਮਝ ਕੇ ਕਰ। ਜਿਨ ਸੇਵਿਆ ਤਿੰਨ ਉਹਨੂੰ ਮਾਣ ਮਿਲੇਗਾ ਜੀ, ਇਹ ਸੇਵਾ ਕਰ, ਐਵੇਂ ਕਰ ਜਿਹਨੂੰ ਗੁਰੂ ਅਮਰਦਾਸ ਸਾਹਿਬ ਨੇ ਕਿਹਾ ਸੀਗਾ ਹਸਤੀ ਸਿਰ ਜਿਉਂ ਅੰਕੁਸ਼ ਹੈ ਅਹਿਰਨ ਜਿਉਂ ਸਿਰ ਦੇ ਮਨਤਨ ਆਗੈ ਰਾਖਕ ਹੈ ਉਹ ਵੀ ਸੇਵ ਕਰੇ। ਬੰਦਾ ਕਹਿੰਦਾ ਮਿਲਦਾ ਕੁਛ ਨਹੀਂ, ਬਾਬਾ ਜੀ ਕਹਿੰਦੇ ਚੇਤੇ ਰੱਖੀ ਇਉਂ ਗੁਰਮੁਖ ਆਪ ਨਿਵਾਰੀਐ ਸਭ ਰਾਜ ਸ੍ਰਿਸ਼ਟ ਕਾਲੇ। ਤੂੰ ਕਿਹੜੀਆਂ ਗੱਲਾਂ ਕਰਦਾ, ਗੁਰੂ ਅਮਰਦਾਸ ਸਾਹਿਬ ਦਾ ਬਚਨ ਹੈ, ਮੇਰੇ ਵਰਗਾ ਬੰਦਾ ਕਹਿ ਨਹੀਂ ਸਕਦਾ। ਬਾਬਾ ਜੀ ਨੇ ਕਿਹਾ ਤੈਨੂੰ ਸ੍ਰਿਸ਼ਟੀ ਦੀ ਬਾਦਸ਼ਾਹ ਝੋਲੀ 'ਚ ਪਾ ਦਿਆਂਗਾ ਤੇਰੀ, ਅਤੇ ਭਾਈ ਵਾਕਿਆ 'ਚ ਹੀ ਭਾਈ ਨਫ਼ਰਤ ਦੇ ਬੀਜ ਬੀਜੇ ਔਰੰਗਜ਼ੇਬ ਨੇ ਸ਼ਾਹਜਹਾਨ ਦੇ ਸਮੇਂ, ਜਹਾਂਗੀਰ ਦੇ ਸਮੇਂ, ਪਿੱਛੋਂ ਤੁਰਿਆ ਆਇਆ ਸਾਰਾ, ਬਹਾਦਰ ਸ਼ਾਹ ਦੇ ਪੇਸ਼ ਹੀ ਕੁਛ ਨਹੀਂ ਗਈ। ਬਹਾਦਰ ਸ਼ਾਹ ਵਿਚਾਰਾ ਇੱਕ ਤਰ੍ਹਾਂ ਦੇ ਨਾਲ ਉਹਦੀ ਲਾਚਾਰਗੀ ਦਿਸਦੀ ਹੈ, ਉਹਦੀ ਹਾਲਤ ਦੇਖੋ ਕੈਸੀ, ਬਾਦਸ਼ਾਹ ਹੋਏ ਡਿਸੀਜਨ ਨਹੀਂ ਲੈ ਸਕਦਾ। ਜਿਸ ਸ਼ਖਸ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਵੱਖੀ ਦੇ ਛੁਰਾ ਲਗਾਇਆ ਸੀ ਨਾ, ਅਤੇ ਮਹਾਰਾਜ ਉਸ ਤੋਂ ਬਾਅਦ ਜੋਤੀ ਜੋਤ ਸਮਾਏ, ਇੱਕ ਸ਼ਖਸ ਉੱਥੇ ਹੀ ਜਿਹੜਾ ਸੀ ਉਸੇ ਵਕਤ ਹੀ ਉਹ ਗੁਰੂ ਸਾਹਿਬ ਨੇ ਉਹਨੂੰ ਸ੍ਰੀ ਸਾਹਿਬ ਭੇਟ ਕਰਤਾ ਨਾਲ ਦੀ ਨਾਲ, ਅਤੇ ਦੂਸਰਾ ਸਿੱਖਾਂ ਨੇ ਫੜ ਲਿਆ। ਉਸਨੇ ਖਿਲਤ ਭੇਜੀ, ਖਿਲਤ ਹੁੰਦੀ ਸੀ ਜੇ ਕੋਈ ਡੈਥ ਹੋ ਜਾਵੇ ਤਾਂ ਗੌਰਮੈਂਟ ਵੱਲੋਂ, ਜਿਹਨੂੰ ਕਹਿ ਲਓ ਗੌਰਮੈਂਟ ਵੱਲੋਂ ਕੁਝ ਹੈਲਪ, ਇੱਕ ਸਿੰਪਤੀ ਜਾਂ ਐਮਪਤੀ ਦੇ ਤੌਰ 'ਤੇ ਆਉਂਦੀ, ਖਿਲਤ ਕਹਿੰਦੇ ਉਸਨੂੰ, ਵੀ ਚਲੋ ਇਹ ਖਿਲਤ ਭੇਜ ਦਿਓ, ਵੀ ਚਲੋ ਫੈਮਿਲੀ ਦਾ ਲੋਸ ਹੋ ਗਿਆ ਸੋ ਉਹਨਾਂ ਨੂੰ ਕੁਝ ਫਾਈਨੈਂਸ਼ਲੀ ਜਿਹੜਾ ਹੈਗਾ ਐਟਲੀਸਟ ਕੁਝ ਹੋਰ ਤਾਂ ਨਹੀਂ ਕਰ ਸਕਦੇ, ਕੁਝ ਫਾਈਨੈਂਸ਼ਲੀ ਹੈਲਪ ਮਿਲ ਜਾਏਗੀ। ਉਹ ਫਿਰ ਰੁਤਬੇ ਦੇ ਅਕੋਰਡਿੰਗਲੀ ਖਿਲਤ ਹੁੰਦੀ ਸੀ, ਕੁਝ ਥਾਲ ਦੇ 'ਚ ਮੋਤੀ ਮੋਹਰਾਂ ਸੋਨਾ ਵਗੈਰਾ ਪਾ ਕੇ ਕੁਝ ਖਾਸ ਕਿਸਮ ਦੇ ਨਾਲ ਭੇਟਾ ਦਿੱਤੀ ਜਾਂਦੀ ਸੀ। ਬਹਾਦਰ ਸ਼ਾਹ ਦੀ ਹਾਲਤ ਇਹ ਹੈ, ਗੁਰੂ ਗੋਬਿੰਦ ਸਿੰਘ ਸਾਹਿਬ ਜੋਤੀ ਜੋਤ ਸਮਾਏ ਅਤੇ ਮਹਾਰਾਜ ਦੇ ਸਿੱਖਾਂ ਨੂੰ ਖਿਲਤ ਭੇਜਦੀ ਥਾਲ ਭਰ ਕੇ, ਰੌਲਾ ਪਿਆ ਦਰਬਾਰ ਦੇ ਵਿੱਚ, ਲੈ ਇਹ ਤਾਂ ਕਾਫਰਾਂ ਦੇ ਗੁਰੂ ਨੂੰ ਭੇਜ ਰਿਹਾ ਸਾਰਾ ਕੁਝ। ਉਹ ਜਿਹੜੇ ਉੱਥੇ ਦੋ ਉੱਥੇ ਸਿੱਖਾਂ ਨੇ ਜਿਹੜੇ ਉਹ ਅਸਲ ਕਾਤਲ ਸੀਗੇ, ਉਹਨਾਂ ਨੂੰ ਵੀ ਖਿਲਤ ਭੇਜਦੀ। ਯੂ ਕੈਨ ਸੀ ਹਾਓ, ਮਤਲਬ ਕਿੱਡਾ ਉਹ ਕਮਜ਼ੋਰ ਹੋਏਗਾ, ਕਿੰਨਾ ਵੀਕ ਹੋਏਗਾ। ਅਦਰਵਾਈਜ਼ ਉਹ ਗੁਰੂ ਸਾਹਿਬ ਨੂੰ ਬੁਲਾਉਂਦਾ, ਸਤਿਕਾਰ ਦਿੰਦਾ, ਬੜਾ ਕੁਝ ਕੀਤਾ ਉਸਨੇ। ਇਹੀ ਇਹੀ ਹੈ, ਇਹੀ ਤੁਹਾਡਾ ਮਾਣ ਆ, ਰੂਲ ਤੁਸੀਂ ਕਰ ਰਹੇ ਹੋ ਹੁਣ ਡੀਪ ਐਂਡ ਦੇ ਉੱਤੇ। ਹਾਂ ਸਟੈਬਲਿਸ਼ਮੈਂਟ ਆਪਣੀ ਰਿਟੈਲੀਏਟ ਕਰੇਗੀ, ਕਿਉਂ ਨਹੀਂ ਕਰੇਗੀ, ਜਿਨ੍ਹਾਂ ਨੇ ਇੰਨੇ ਸਾਲ ਐਕਸਰਸਾਈਜ਼ ਕੀਤੀ ਆਪਣੀ ਸੁਪਰਮੇਸੀ ਦੀ, ਆਪਣੇ ਜਿਹੜੀ ਹੈ ਗਵਰਨਿੰਗ ਸਟਰਕਚਰ ਦੀ, ਉਹਨਾਂ ਦਾ ਗਵਰਨਿੰਗ ਸਟਰਕਚਰ ਟੁੱਟ ਰਿਹਾ, ਪੂਰੇ ਦਾ ਪੂਰਾ ਫਿਊਡਲ ਸਿਸਟਮ ਤੋੜਤਾ ਬਾਬਾ ਬੰਦਾ ਸਿੰਘ ਬਹਾਦਰ ਜੀ ਨੇ। ਦੇਖੋ ਨਾ ਰਿਟੈਲੀਏਟ ਐਂਡ ਰਿਟੈਲੀਏਟ ਇਨ ਦੈਟ ਵੇ ਕਿ ਉਹ ਬੜਾ ਕਰੂਅਲ ਬਿਹੇਵੀਅਰ ਅਡੋਪਟ ਕਰਨਗੇ। ਪਰ ਜੇ ਡੀਪ ਐਂਡ 'ਤੇ ਦੇਖੋਗੇ ਤਾਂ ਸਿੱਖਾਂ ਨੂੰ ਕਦੀ ਉਹ ਨਵਾਬੀ ਭੇਜਦੇ, ਕਦੀ ਭੁੱਜ ਭੇਜਦੇ, ਉਹ ਕਹਿੰਦੇ ਵੀ ਡੋਂਟ ਨੀਡ ਇਟ। ਵਾਏ? ਬਿਕੋਜ਼ ਦੇ ਨਿਊ ਦੈਟ ਵੀ ਹੈਵ ਦੈਟ ਕਾਇੰਡ ਆਫ ਐਬਿਲਿਟੀ ਕੈਲੀਬਰ ਐਂਡ ਪੋਜੀਸ਼ਨ ਵੀ ਗੋਨਾ ਰੂਲ। ਆਇਆ ਜਿਨ ਸੇਵਿਆ ਤਿਨ ਪਾਇਆ ਮਾਣ। ਮਹਾਰਾਜ ਕਿਵੇਂ? ਨਾਨਕ ਗਾਵੀਐ ਗੁਣੀ ਨਿਧਾਨ, ਗੁਣੀ ਨਿਧਾਨ, ਨਿਧਾਨ ਕਹਿੰਦੇ ਟ੍ਰੇਜਰ ਨੂੰ, ਖਜ਼ਾਨੇ ਨੂੰ, ਗੁਣ ਵਰਚੂਸ।
ਵੀ ਯੂਜਲੀ ਕਰਾਈ ਵੈਨ ਐਵਰ ਵੀ ਗੈਟ ਐਨੀ ਲੋਸ ਐਨੀ ਕਾਇੰਡ ਆਫ ਯੂ ਕੈਨ ਸੇ ਲੋਸ ਵੀ ਨਾ ਹੋਏ ਚਲੋ ਕਹਾਣੀ ਸੁਣਾ ਦਿੰਦਾ ਤੁਹਾਨੂੰ ਛੋਟੀ ਜਿਹੀ ਫਿਲੋਸਫਿਕਲੀ ਗੱਲਾਂ ਬਹੁਤ ਭਾਰੀਆਂ ਹੋ ਜਾਂਦੀਆਂ ਮੈਨੂੰ ਪਤਾ ਬਾਤ ਪਾ ਦੇਣਾ ਛੋਟੀ ਜਿਹੀ ਮਸਕੀਨ ਜੀ ਦੀ ਕਈ ਗੱਲ ਆ ਤੁਸੀਂ ਸੁਣੀ ਹੋਣੀ ਜ਼ਰੂਰ ਉਹ ਮੁੰਬਈ ਬੰਬਈ ਜਾਂਦੇ ਹੁੰਦੇ ਕਾਫੀ ਮੁੰਬਈ ਜਿਵੇਂ ਅੱਜ ਕੱਲ੍ਹ ਕਹਿੰਦੇ ਅਤੇ ਉੱਥੇ ਕੋਹਲੀ ਫੈਮਿਲੀ ਸੀ ਉਹਨਾਂ ਕੋਲ ਰਹਿੰਦੇ ਸੀ ਉਹ ਕਥਾ ਸੁਣਾਉਂਦੇ ਸਾਰੀ ਗੱਲ ਅਤੇ ਉਹ ਇੱਕ ਡਿਫਰੈਂਟ ਡਿਫਰੈਂਟ ਗੁਰਦੁਆਰਾ ਸਾਹਿਬ ਸੇਵਾ ਕਰਦੇ ਕਥਾ ਦੀ ਜਦੋਂ ਜਾਂਦੇ ਉੱਥੇ ਅਤੇ ਉਹ ਮੋਸਟਲੀ ਆਪਣੀ ਕਾਰ ਦੇ ਵਿੱਚ ਉਹਨਾਂ ਨੂੰ ਲੈ ਕੇ ਜਾਂਦੇ ਉਹ ਕਹਿੰਦੇ ਵੀ ਸਾਨੂੰ ਪਲੀਜ਼ ਇਹ ਪ੍ਰਿਵਿਲੇਜ ਪ੍ਰੋਵਾਈਡ ਕਰੋ ਵੀ ਵਾਂਟ ਟੂ ਐਕਚੁਲੀ ਪ੍ਰੋਵਾਈਡ ਦਿਸ ਸਰਵਿਸ ਅਤੇ ਜਿਹੜੇ ਸ਼ਖਸ ਸੀਗੇ ਆਪ ਸਰਦਾਰ ਸਾਹਿਬ ਉਹ ਬੜੇ ਟਾਕਟਿਵ ਸੀਗੇ ਉਹਨਾਂ ਹਰ ਵਕਤ ਕੋਈ ਨਾ ਕੋਈ ਗੱਲ ਛੇੜਦੇ ਰਹਿਣਾ ਕਾਰ 'ਚ ਡਰਾਈਵਰ ਕਾਰ ਚਲਾ ਰਿਹਾ ਮਸਕੀਨ ਜੀ ਕਹਿੰਦੇ ਮੈਂ ਅਗਲੀ ਡਰਾਈਵਰ ਵਾਲੀ ਸੀਟ ਦੇ ਨਾਲ ਬੈਠਦਾ ਸੀਗਾ ਉਹ ਹਸਬੈਂਡ ਵਾਈਫ ਦੋਵੇਂ ਪਿੱਛੇ ਬੈਠਦੇ ਸੀਗੇ ਅਤੇ ਉਹਨੇ ਗੱਲਾਂ ਕਰੀ ਜਾਣੀਆਂ ਅਤੇ ਮੈਂ ਬੈਕ ਐਂਡ ਫੋਰਥ ਗੱਲਾਂ ਚੱਲਣੀਆਂ ਅੱਜ ਕਾਰ 'ਚ ਬੈਠੇ ਜਾ ਰਹੇ ਹਾਂ ਉਹ ਬੜਾ ਕੁਆਇਟ ਆ ਮੈਨੂੰ ਉਹ ਜਿਹੜੀ ਜਿਹੜਾ ਉਹ ਸਾਰਾ ਮਤਲਬ ਸਾਇਲੈਂਸ ਆ ਇਟ ਵਾਜ ਲਿਟਲ ਬਿਟ ਯੂ ਕੈਨ ਸੇ ਔਕਵਰਡ ਫੋਰ ਮੀ ਵਾਈ ਐਕਚੁਲੀ ਦਿਸ ਪਰਸਨ ਇਜ਼ ਬਿਹੇਵਿੰਗ ਡਿਫਰੈਂਟਲੀ ਟੂਡੇ ਕਹਿੰਦੇ ਮੈਂ ਉਹਨੂੰ ਪੁੱਛਿਆ ਸਰਦਾਰ ਸਾਹਿਬ ਤਬੀਅਤ ਠੀਕ ਹੈ ਆਰ ਯੂ ਫੀਲਿੰਗ ਓਕੇ ਬਿਕੋਜ਼ ਯੂ ਨੈਵਰ ਐਕਚੁਲੀ ਹੈਵ ਦਿਸ ਕਾਇੰਡ ਆਫ ਯੂ ਕੈਨ ਸੇ ਮਤਲਬ ਇਸ ਤਰੀਕੇ ਦਾ ਮੂਡ ਦੀ ਤਰ੍ਹਾਂ ਹੋਇਆ ਉਹ ਥੋੜ੍ਹਾ ਲੰਮਾ ਸਾਹ ਲਾਇਆ ਕਹਿੰਦਾ ਕਹਿੰਦਾ ਠੀਕ ਹੀ ਹੈ ਮਸਕੀਨ ਸਾਹਿਬ ਕਹਿੰਦਾ ਮਤਲਬ ਠੀਕ ਹੀ ਹੈ ਕੀ ਹੋਇਆ ਫਿਰ ਇੱਕ ਹੋਰ ਸਾਹ ਲਿਆ ਲੰਮਾ ਸਾਡਾ ਕਹਿੰਦਾ ਜੀ ਨੁਕਸਾਨ ਹੋ ਗਿਆ ਮਸਕੀਨ ਸਾਹਿਬ ਚਿਹਰਾ ਪਿੱਛੇ ਨੂੰ ਕੀਤਾ ਉਹਦੇ ਵੱਲ ਨੂੰ ਜਿੱਦਾਂ ਪੈਸੰਜਰ ਬੈਠੇ ਸੀਗੇ ਕਹਿੰਦੇ ਨੁਕਸਾਨ ਹੋ ਗਿਆ ਕਹਿਣ ਲੱਗਾ ਹਾਂਜੀ ਨੁਕਸਾਨ ਹੋ ਗਿਆ ਬਸ ਉਹਦੇ ਕਰਕੇ ਥੋੜ੍ਹਾ ਫਿਕਰਮੰਦ ਆ ਅਜੇ ਉਹ ਇੰਨੀ ਗੱਲ ਕਹਿ ਰਿਹਾ ਵਾਈਫ ਵਿੱਚ ਹੀ ਉਹਨੂੰ ਮਤਲਬ ਇੰਟਰਵੀਨ ਕਰਦੀ ਹੋਈ ਬੋਲੀ ਕਹਿੰਦੀ ਨਹੀਂ ਮਸਕੀਨ ਸਾਹਿਬ ਝੂਠ ਬੋਲ ਰਹੇ ਨੇ ਉਹ ਕਹਿੰਦੇ ਕਮਾਲ ਹੋ ਗਏ ਲੜਕੇ ਆਏ ਉਹ ਦੋਵੇਂ ਨੇ ਘਰੋਂ ਮਤਲਬ ਇੱਕ ਕੁਛ ਕਹਿ ਰਿਹਾ ਦੂਜਾ ਕੁਛ ਕਹਿ ਰਿਹਾ ਵੀ ਗੱਲ ਤਾਂ ਇੱਕ ਹੋਣੀ ਚਾਹੀਦੀ ਹੈ ਉਹ ਕਹਿੰਦੀ ਨਹੀਂ ਜੀ ਇਹ ਝੂਠ ਬੋਲ ਰਹੇ ਨੇ ਅਸਲ ਵਿੱਚ ਪਤਾ ਇਹ ਲੱਗਾ ਵੀ ਕਾਰੋਬਾਰ ਦਾ ਕੀ ਹੈ ਇਹ ਸਟਾਕ 'ਚ ਕੰਮ ਕਰਦਾ ਇੱਥੇ ਸਟਾਕ ਮਾਰਕੀਟ ਦੇ ਵਿੱਚ ਪੈਸਾ ਲਾਇਆ ਸੀਗਾ ਸੋਚਿਆ ਇਹ ਸੀਗਾ ਵੀ 10 ਕੁ ਲੱਖ ਦਾ ਪ੍ਰੋਫਿਟ ਹੋਏਗਾ ਉਹਦੇ 'ਚ ਹੋਇਆ ਇਹ ਕਿ 5 ਕੁ ਲੱਖ ਦਾ ਹੋਇਆ ਉਹ 5 ਕੁ ਲੱਖ ਘੱਟ ਮਤਲਬ ਆਇਆ ਅਤੇ ਪ੍ਰਸੈਪਸ਼ਨ ਹੀ ਸਾਰੀ ਕਹਿੰਦੇ ਹੋਇਆ ਕਿ ਕਹਿੰਦੇ 2 ਦਿਨ ਹੋ ਗਏ ਘਰਦਿਆਂ ਦਾ ਜਾਣਾ ਦੁਬਰ ਕੀਤਾ ਰੋਟੀ ਖਾਣੀ ਵੀ ਦੁਖੀ ਕੀਤੀ ਪਈ ਅਸੀਂ ਕਹਿ ਕੇ ਮਰ ਚੱਲਿਆ ਵੀ ਤੈਨੂੰ 5 ਲੱਖ ਕਿਉਂ ਨਹੀਂ ਦਿੱਤਾ ਜਿਹੜਾ ਆਇਆ ਉਹ ਇੱਕੋ ਗੱਲ 'ਤੇ ਰੋਈ ਜਾਂਦਾ ਨਹੀਂ 5 ਲੱਖ ਘੱਟ ਆਇਆ ਉਸ ਕਹਿੰਦੇ ਜੀ ਆਹ ਗੱਲ ਹੋ ਰਹੀ ਹੈ ਇਹ ਜਿਹੜਾ ਜਿਸਨੂੰ ਅਸੀਂ ਪ੍ਰੋਫਿਟ ਲੋਸ ਕਹਿੰਦੇ ਹਾਂ ਨਾ ਇਹ ਕੋਈ ਵੱਡੀ ਚੀਜ਼ ਨਹੀਂ ਹੈ ਫਾਰ ਦੀਸ ਕਾਇੰਡ ਆਫ ਪ੍ਰੋਫਿਟ ਲੋਸ ਇਫ ਵੀ ਸਟਾਰਟ ਕਰਾਈਮ ਦੈਟ ਮੀਨ ਵੀ ਡੋਂਟ ਬਲੀਵ ਇਨ ਵਾਹਿਗੁਰੂ ਜੀ ਔਰ ਈਵਨ ਵੀ ਡੋਂਟ ਬਲੀਵ ਇਨ ਆਵਰ ਓਨ ਐਬਿਲਿਟੀ ਦੈਨ ਵੀ ਸ਼ੁੱਡ ਨੋਟ ਕਰਾਈ ਨਾ ਡੈਫੀਨੇਟਲੀ ਵੀ ਸ਼ੁੱਡ ਕਰਾਈ ਬਟ ਕਰਾਈ ਫਾਰ ਵਟ ਆਹ ਜਿਹੜਾ ਸ਼ਬਦ ਨਾ ਨਾਨਕ ਗਾਵੀਆ ਗੁਣੀ ਨਿਧਾਨ ਜਿਸ ਦਿਨ ਤੁਹਾਡੀ ਜ਼ਿੰਦਗੀ 'ਚੋਂ ਕੋਈ ਗੁਣ ਘੱਟ ਗਿਆ ਜ਼ਿੰਦਗੀ ਦਾ ਕੋਈ ਵਰਚੂ ਮਰ ਗਿਆ ਉਦਣ ਰੋਇਆ ਜੇ ਉਹ ਸਭ ਤੋਂ ਵੱਡਾ ਲੋਸ ਹੈ ਵੈਨ ਐਵਰ ਯੂ ਫੀਲ ਯੂ ਐਕਚੁਲੀ ਯੂ ਕੈਨ ਨੋ ਸਮ ਸੋਰਟ ਆਫ ਕੁਆਲਿਟੀ ਯੂ ਯੂਜ਼ ਟੂ ਹੈਵ ਬਟ ਨਾਓ ਯੂ ਆਰ ਨੋਟ ਐਕਸਰਸਾਈਜ਼ਿੰਗ ਇਟ ਐਨੀ ਮੋਰ ਕਰਾਈ ਫਾਰ ਦੈਟ ਦੈਟਸ ਵਰਥ ਟੂ ਕਰਾਈ ਵਨ ਡੇ ਯੂ ਆਰ ਫੀਲਿੰਗ ਦੈਟ ਯੂ ਨੋ ਯੂ ਆਰ ਐਕਚੁਲੀ ਐਕਸਰਸਾਈਜ਼ਿੰਗ ਅ ਵਰਚੂ ਵਿਚ ਯੂ ਨੈਵਰ ਯੂਜ਼ ਟੂ ਹੈਵ ਐਂਡ ਨਾਓ ਯੂ ਆਰ ਏਬਲ ਟੂ ਐਕਚੁਲੀ ਐਕਸਰਸਾਈਜ਼ ਇਟ ਫੀਲ ਹੈਪੀ ਯੂ ਅਟੇਨ ਸਮਥਿੰਗ ਆਇਆ ਇਹ ਹੈ ਐਕਚੁਅਲੀ ਪ੍ਰਾਪਤੀ ਦਿਸ ਇਜ਼ ਦ ਰੀਅਲ ਕਾਇੰਡ ਆਫ ਗੇਨ ਨਾਨਕ ਗਾਵੀਆ ਸਮਟਾਈਮ ਪੀਪਲ ਸੇ ਵਾਈ ਆਈ ਸ਼ੁੱਡ ਰਿਸਾਈਟ ਵਾਹਿਗੁਰੂ ਜੀ ਇਜ਼ ਨੇਮ ਵਾਈ ਆਈ ਸ਼ੁੱਡ ਪ੍ਰੇ ਟੂ ਵਾਹਿਗੁਰੂ ਜੀ ਗੁਰੂ ਨਾਨਕ ਸਾਹਿਬ ਇਜ਼ ਸਿੰਗ ਦਿਸ ਇਜ਼ ਦ ਮੇਨ ਰੀਜ਼ਨ ਯੂ ਸ਼ੁੱਡ ਪ੍ਰੇ ਟੂ ਵਾਹਿਗੁਰੂ ਜੀ ਸੋ ਦੈਟ ਯੂ ਕੈਨ ਅਰਨ ਐਂਡ ਅਟੇਨ ਸਮ ਵਰਚੂਜ ਵਿੱਚ ਡੈਫੀਨੇਟਲੀ ਗੋਨਾ ਬੀ ਇਟਲੀ ਬਿਗ ਟਾਈਮ ਯੂ ਕੈਨ ਸੇ ਗੇਨ ਫੋਰ ਯੂ ਸਭ ਤੋਂ ਵੱਡੀ ਪ੍ਰਾਪਤੀ ਇਹ ਹੋਏਗੀ ਤੇਰੇ ਵਾਸਤੇ ਉਸ ਇਬਾਦਤ ਦੀ ਬਾਬਾ ਜੀ ਨੇ ਬਾਤ ਕੀਤੀ ਆਪਾਂ ਕਲੀਅਰ ਹਾਂ ਹੁਣ ਇੱਥੇ ਚੱਲੀਏ ਗਾ ਓਕੇ ਗਾਵੀਆ ਸੁਣੀਏ ਮਨ ਰੱਖੀਏ
ਦੁੱਖ ਪਰ ਹਰ ਸੁੱਖ ਕਰ ਲੈ ਜਾਏ। ਅੱਛਾ ਜੀ, ਅਸੀਂ ਹਾਂ ਦੁੱਖਾਂ ਦੇ ਮਾਰੇ ਹੋਏ ਲੋਕ, ਝੰਬੇ ਹੋਏ, ਅਤੇ ਹਾਲਤ ਇਹ ਹੈ ਵੀ ਆਪਣਾ ਦੁੱਖ ਤਾਂ ਚਲੋ ਹੈ ਹੀ ਹੈ ਜਿਹੜਾ ਹੈ, ਕਿਸੇ ਹੋਰ ਦਾ ਵੀ ਮਾੜਾ ਜਿਹਾ ਦੁੱਖ ਵੇਖਦੇ ਹਾਂ ਆਪਾਂ, ਅੰਦਰ ਰੋਣ ਲੱਗ ਜਾਂਦਾ ਵੀ ਕੀ ਬਣੇਗਾ। ਬਾਬਾ ਜੀ ਨੇ ਕਿਹਾ ਹਾਂ ਬਿਲਕੁਲ ਸੱਚੀ ਗੱਲ ਹੈ, ਬਾਲੀ ਰੋਵੇ ਨਾ ਹੀ ਪਤਾਰ ਨਾਨਕ ਦੁਖੀਆ। ਵੇਖੋ ਤਾਂ ਸਹੀ ਹਾਲਤ ਕੀ ਹੈ, ਹਰ ਬੰਦੇ ਹੀ ਰੋ ਰਿਹਾ, ਕਲਪ ਰਿਹਾ, ਕੋਈ ਹਾਲਤ ਹੀ ਨਹੀਂ। ਅਤੇ ਫਿਰ ਬੰਦਾ ਇਹ ਵੀ ਕਹਿੰਦਾ ਜੀ ਇਹਦਾ ਟ੍ਰੀਟਮੈਂਟ ਕੋਈ ਨਹੀਂ ਜੀ, ਇਹ ਦੁੱਖ ਪਰੇ ਤੋਂ ਪਰੇ ਲੋਕ ਦੁਖੀ ਪਏ ਨੇ। ਆਹ ਗੁਰੂ ਬਾਬਾ ਜੀ ਨੇ ਕਿਹਾ, ਗਾਵੀਏ ਸੁਣੀਏ ਮਨ ਰੱਖੀਏ ਭਾਓ। ਭਾਓ 'ਤੇ ਆਪਾਂ ਬਾਤ ਕੀਤੀ ਸੀ, ਇੱਕ ਡਿਵੋਸ਼ਨਲ ਲਵ ਆ ਤੁਹਾਡਾ, ਇੱਕ ਅੰਦਰ ਅੰਤਰੀ ਭਾਵ ਆ ਇੱਕ ਬੜਾ ਵੱਡਾ, ਉਸ ਭਾਵ ਦਾ ਅਹਿਸਾਸ ਕਰਨਾ। ਦੇਖੋ ਕੰਮ ਤਾਂ ਸਾਰੇ ਹੋ ਜਾਂਦੇ ਨੇ, ਘਰ 'ਚ ਮਾਵਾਂ ਕੰਮ ਕਰਦੀਆਂ ਨੇ, ਪਤਾ ਕਿਵੇਂ ਕੰਮ ਕਰਦੀਆਂ, ਬਸ ਗਲ ਪਿਆ ਢੋਲ ਵਜਾਉਂਦੀਆਂ, ਕੰਮ ਕਰਨ ਲੱਗਦੀਆਂ, ਰੋਟੀ ਬਣਾਉਂਦੀਆਂ, ਜੋ ਵੀ ਕਰਦੀਆਂ, ਅਤੇ ਬੱਚਿਆਂ ਨੂੰ ਕਹਿੰਦੀਆਂ ਵੀ ਬਸ ਤੁਹਾਡਾ ਸਿਰ ਝੁਲਸ ਰਹੀਆਂ ਵਾ। ਇਸ ਰੂਪ ਦੇ ਵਿੱਚ ਭਾਵ ਕੀ ਆ ਉੱਥੇ, ਗੁੱਸਾ, ਸ਼ਿਕਵਾ, ਸ਼ਿਕਾਇਤ। ਬੰਦਾ ਆਇਆ ਕੰਮ 'ਤੇ ਜਾਂਦਾ, ਅਰਲੀ ਮੋਰਨਿੰਗ ਉੱਠ ਕੇ ਦੇਰ ਰਾਤ ਨੂੰ ਆਉਂਦਾ, ਕਿੱਡੀ ਵੱਡੀ ਤਪੱਸਿਆ, ਆਉਂਦਿਆਂ ਨਾਲ ਲੰਚ ਵਾਲਾ ਬੈਗ ਵਗਾ ਕੇ ਮਾਰਦਾ, ਕਹਿੰਦਾ ਪਿਆ ਤੁਹਾਡਾ ਜਿਹੜਾ ਸਿਆਪਾ ਕਰ ਰਿਹਾ, ਤੁਹਾਡੀ ਜੂਨ ਕੱਟੀ ਹੋ ਰਹੀ ਮੇਰੀ ਸਾਰੇ ਦੀ ਸਾਰੀ। ਭਾਵ ਕੀ, ਭਾਵ ਪ੍ਰੇਮ ਨਹੀਂ, ਭਾਵ ਸਜ਼ਾ। ਅਤੇ ਸਜ਼ਾ, ਸਾਡੇ ਹਰਿਆਣੇ ਦੀ ਕਹਾਵਤ ਆ ਵੀ ਬਾਈ ਸਜ਼ਾਵਾਂ ਕੋਈ ਮਜ਼ਾ ਨਹੀਂ ਆ, ਸਜ਼ਾ 'ਚ ਕੋਈ ਮਜ਼ਾ ਨਹੀਂ ਆ, ਉਹਦੇ 'ਚ ਕੋਈ ਖੁਸ਼ੀ ਨਹੀਂ ਕੋਈ। ਉਹ ਤਾਂ ਜਸਟ ਇੱਕ ਬੰਦਾ ਕੀ ਕਰੇਗਾ, ਮੌਕਾ ਬਣਨ ਦੀ ਦੇ ਰਿਹਾ, ਉਹ ਕਹੇਗਾ ਜੀ ਉਹਨੂੰ ਮੌਕਾ ਬਣਿਆ ਨਾ, ਜੰਪ ਫਰ ਦੇ। ਉਹ ਫਿਰ ਕਈ ਤਰ੍ਹਾਂ ਦੇ ਮੌਕੇ ਲੱਭਦਾ, ਛੋਟੀਆਂ ਛੋਟੀਆਂ ਚੀਜ਼ਾਂ ਘਰਾਂ 'ਚ ਲੱਭ ਰਿਹਾ ਹੁੰਦਾ ਵੀ ਇੱਥੋਂ ਲੜਾਈ ਵੱਜੇ, ਇੱਥੋਂ ਹੋ ਜਾਵੇ, ਇੱਥੋਂ, ਤਾਂ ਕਿ ਮੈਂ ਆਪਣੀ ਸਜ਼ਾ ਕਟਾਵਾਂ, ਮੈਂ ਨਹੀਂ ਕੰਮ ਕਰਨਾ, ਹੁਣ ਬੜਾ ਕਰ ਲਿਆ, ਹੁਣ ਤਾਂ ਆਪ ਹੀ ਕਰੋ ਤੁਸੀਂ, ਆਖੇ ਲੱਗਦੇ ਤੁਸੀਂ ਮੇਰੇ। ਮਾਂ ਕਹਿੰਦੀ ਠੀਕ, ਮੈਂ ਅੱਜ ਤੋਂ ਬਾਅਦ ਰੋਟੀ ਬਣਾਉਣੀ ਬੰਦ ਕਰਨੀ ਆ, ਹੁਣ ਆਪ ਹੀ ਖਾਇਓ। ਆਹ ਕੀ ਹੋ ਰਿਹਾ, ਇਹ ਮਤਲਬ ਇੱਕ ਬਚਨ ਹੋਰ ਨਾਲ ਐਡ ਕਰ ਦਿੰਦਾ, ਡੀਪ ਆ ਥੋੜ੍ਹੀ ਬਾਤ ਪਰ ਪਕੜ 'ਚ ਆ ਜਾਏ ਸ਼ਾਇਦ। ਗੁਰੂ ਬਾਬਾ ਜੀ ਕਹਿੰਦੇ ਕਿ ਅਸੀਂ ਨਾ ਰੱਬ 'ਤੇ ਬਹੁਤ ਇਤਰਾਜ਼ ਕਰਦੇ ਹਾਂ, ਮੋਸਟਲੀ ਵੀ ਹੈਵ ਸੋ ਮੈਨੀ ਕੰਪਲੇਂਟਸ ਟੂਵਰਡ ਵਾਹਿਗੁਰੂ ਜੀ। ਕੋਈ ਮਤਲਬ ਮੈਂ ਤਾਂ ਰੋਜ਼ ਹੀ ਸੁਣਦਾ, ਆਪਣੇ ਅੰਦਰੋਂ ਵੀ ਸੁਣਨਾ, ਬਾਹਰੋਂ ਤਾਂ ਸੁਣਨਾ ਹੀ ਸੁਣਨਾ ਆ ਬਾਹਰੋਂ। ਅੱਜ ਵੀ ਮੇਰੇ ਨਾਲ ਕੋਈ 4 ਫੋਨ ਇਹੋ ਜਿਹੇ ਹੋਣੇ ਨੇ ਜੋ ਸਿੱਧੇ ਤੌਰ 'ਤੇ ਉਹਨਾਂ ਕਿਹਾ ਵੀ ਪਹਿਲੀ ਗੱਲ ਤਾਂ ਇਹ ਆ ਵੀ ਉਹ ਰੱਬ ਹੈ ਕਿੱਥੇ ਆ, ਉਹਨੂੰ ਮਿਲਣਾ ਜਾ ਕੇ। ਮੈਂ ਕਿਹਾ ਜਿੰਨੇ ਤੁਸੀਂ ਗੁੱਸੇ 'ਚ ਲੱਗਦੇ ਹੋ, ਜੇ ਕਿਤੇ ਮਿਲ ਗਿਆ ਉਹਦੀ ਤਾਂ ਖੈਰ ਨਹੀਂ ਹੈ, ਉਹ ਤਾਂ ਮੈਨੂੰ ਆ ਕੇ ਖੁਦ ਪੁੱਛੇਗਾ ਤੂੰ ਮੇਰਾ ਪਤਾ ਕਿਉਂ ਦਿੱਤਾ, ਈਵਨ ਦੋ ਆਈ ਡੋਂਟ ਹੈਵ ਐਕਚੁਅਲੀ ਐਡਰੈਸ ਵਿੱਚ ਕਾਇੰਡ ਆਫ ਐਡਰੈਸ ਆਰ ਯੂ ਲੁਕਿੰਗ ਹੇਅਰ। ਉਸ ਰੂਪ ਵਿੱਚ ਜਿਹੜੀ ਟੂਕ ਮਾਤਰ ਬੇਨਤੀ ਕਰ ਰਿਹਾ ਉਹਦੇ 'ਚ ਕਿ ਬੰਦਾ ਕਹਿੰਦਾ ਕਿ ਰੱਬ ਹਾਂ ਮੈਂ ਸ਼ਿਕਾਇਤ ਕਰ, ਮੇਰੇ ਅੰਦਰ ਗੁੱਸਾ ਵੀ ਮੈਂ ਇਸ ਰੂਪ ਦੇ ਵਿੱਚ ਇੱਕ ਪਲ ਲਈ ਅਹਿਸਾਸ ਕਰ। ਵਾਹਿਗੁਰੂ ਦਾ ਬਣਿਆ ਹੋਇਆ ਨਿਜ਼ਾਮ ਆ, ਬਾਬਾ ਜੀ ਬਿਆਨ ਕਰਦੇ ਸਤਿਗੁਰ ਸਦਾ ਦਿਆਲ ਹੈ ਭਾਈ, ਉਹ ਤਰਸ ਕਰਨ ਵਾਲਾ, ਫੁੱਲ ਵਿਦ ਕੰਪੈਸ਼ਨ, ਉਹ ਬੜਾ ਕੰਪੈਸ਼ਨੇਟ ਆ, ਤਰਸ ਕਰ ਰਿਹਾ। ਸਤਿਗੁਰ ਸਦਾ ਦਿਆਲ ਹੈ ਭਾਈ, ਪਰ ਹਾਂ ਵਿਣ ਭਾਗਾਂ ਕਿਆ ਪਾਈ ਹੈ, ਏਕ ਨਦਰ ਕਰ ਦੇਖ ਹੈ ਸਭੀ ਉੱਪਰ, ਜਿਹਾ ਭਾਓ ਤਿਹਾ ਫਲ ਪਾਈ ਹੈ। ਜਿਹਾ ਭਾਓ, ਜੈਸੀ ਭਾਵਨਾ ਅੰਦਰ, ਹੁਣ ਭਾਵਨਾ ਮੇਰੀ ਜਿਹੜੀ ਹੈ, ਇੱਕ ਇਗਜ਼ਾਮਪਲ ਹੋਰ ਕਰ ਦਿੰਦਾ, ਸੋਰੀ ਨਾ ਮੇਰੀ ਗੱਲ ਹੁੰਦਾ ਕਿ ਜਿੰਨੀ ਕਲੈਰਿਟੀ ਥੋਟ ਦੀ ਮੇਰੇ ਅੰਦਰ ਆਪਣੇ ਅੰਦਰ ਨਾ ਆਵੇ, ਮੈਂ ਬਾਹਰ ਉਸਨੂੰ ਉਨੀ ਦੇਰ ਤੱਕ ਵਾਇੰਡ ਅਪ ਨਹੀਂ ਕਰ ਸਕਦਾ। ਮੈਂ ਨਾ ਇੱਥੇ ਦਸ਼ਮੇਸ਼ ਦਰਬਾਰ ਗੁਰਦੁਆਰਾ ਸਾਹਿਬ ਕਥਾ ਕਰਦਾ ਸੀ ਸ਼ਾਮ ਦੇ ਸਮੇਂ,
ਇੱਕ ਬੱਚਾ ਆਇਆ, ਜਿਵੇਂ ਆਮ ਬੱਚੇ ਆ ਜਾਂਦੇ, ਸਟੂਡੈਂਟ ਆ ਜਾਂਦੇ, ਮੱਥਾ ਟੇਕਦੇ, ਥੋੜ੍ਹੀ ਦੇਰ ਬੈਠਦੇ, ਮਤਲਬ ਜਸਟ ਜਿਵੇਂ ਵਾਕ ਇਨ ਕਰਦੇ ਅਤੇ ਦੇ ਗੁਣ ਲੀਵ। ਇਸ ਢੰਗ ਨਾਲ ਗੁਰਦੁਆਰਾ ਸਾਹਿਬ ਦਾ ਮਾਡਲ ਅਸੀਂ ਜ਼ਿਆਦਾਤਰ ਯੂਜ ਕਰਦੇ ਹਾਂ। ਹਾਲਾਂਕਿ ਸੰਗਤ ਦੇ ਵਿੱਚ ਆਉਣਾ, ਮੱਥਾ ਟੇਕਣਾ, ਬੈਠਣਾ, ਜਿੱਥੇ ਟ੍ਰੈਡੀਸ਼ਨਲ ਮਾਡਲ ਸੰਗਤ ਦਾ ਦੇਖੋਗੇ ਨਾ, ਮਾੜੀ ਜਿਹੀ ਵੀ ਸੰਗਤ 'ਚ ਬੰਦੇ ਨੇ ਆ ਕੇ ਡਿਸਟਰਬੈਂਸ ਨਹੀਂ ਕਰਨੀ ਹੁੰਦੀ। ਉਹਦਾ ਮੇਨ ਪਰਪਸ ਸੰਗਤ 'ਚ ਕੁਝ ਕੰਟਰੀਬਿਊਟ ਕਰਨਾ ਆ, ਡਿਸਟਰੈਕਸ਼ਨ ਕ੍ਰੀਏਟ ਕਰਨਾ ਨਹੀਂ ਹੈ। ਪਰ ਅਨਫੋਰਚੁਨੇਟ ਪਾਰਟ ਆ, ਕਿਉਂਕਿ ਸਾਨੂੰ ਆਈਡੀਆ ਨਹੀਂ ਹੈ, ਇਸ ਕਰਕੇ ਜਿਵੇਂ ਮਰਜ਼ੀ ਘੋੜੇ ਦੜਾਈ, ਉਹ ਕੌਣ ਪੁੱਛਦਾ ਇੱਥੇ। ਤੂੰ ਕੁ ਮਤੜੀ ਬੇਨਤੀ ਕਰਨ ਲੱਗਾ। ਕੁਛ ਹੋਇਆ ਕਿ ਬੱਚਾ ਆਇਆ ਆ ਕੇ, ਮਤਲਬ ਕਥਾ ਹੋ ਰਹੀ ਸੀ, ਥੋੜ੍ਹੀ ਦੇਰ ਬੈਠਾ, ਉਹਨੂੰ ਕੁਝ ਗੱਲ ਅਪੀਲ ਕਰਕੇ ਬੈਠਾ ਰਿਹਾ। ਜਦੋਂ ਮੈਂ ਬਾਹਰ ਨਿਕਲਿਆ ਤਾਂ ਮੇਰੇ ਨਾਲ ਆ ਕੇ ਗੱਲ ਕਰਨ ਲੱਗ ਗਿਆ, ਅਤੇ ਗੱਲਬਾਤ ਕੀਤੀ, ਪਤਾ ਲੱਗਾ ਇੰਡੀਆ ਤੋਂ ਆ, ਪੰਜਾਬੀ ਨਹੀਂ ਜਾਣਦਾ, ਹਿੰਦੀ ਬੋਲਦਾ ਮੋਸਟਲੀ ਜਾਂ ਇੰਗਲਿਸ਼ ਬੋਲ ਰਿਹਾ। ਅਤੇ ਕਹਿੰਦਾ ਵੀ ਮੈਨੂੰ ਕਹਿੰਦਾ ਭਈਆ, ਅਗਰ ਆਪਕੇ ਪਾਸ ਟਾਈਮ ਹੋ ਤਾਂ ਮੁਝੇ ਥੋੜ੍ਹਾ ਸਾ ਟਾਈਮ ਚਾਹੀਏ। ਮੈਂ ਠੀਕ ਹੈ, ਮੈਂ ਮੈਂਟਲੀ ਸਟ੍ਰੈਸਡ ਲੱਗਦਾ, ਮੈਂ ਕੋਈ ਨਾ ਦੱਸ ਬੱਚੇ ਕੀ ਹੋਇਆ, ਹਾਊ ਕੈਨ ਹੈਲਪ ਯੂ। ਰੋ ਪਿਆ, ਮੈਂ ਗਲਵੱਕੜੀ ਪਾਈ ਜਿਵੇਂ ਆਮ ਕਰਕੇ ਹੁੰਦਾ, ਥੋੜ੍ਹਾ ਸਹਾਰਾ ਦਿੱਤਾ, ਬਿਠਾਇਆ। ਮੈਂ ਕਿਹਾ ਕੀ ਹੋਇਆ, ਸਟੂਡੈਂਟ ਹੈ, ਵਿਜ਼ਿਟਰ ਹੈ। ਅੱਛਾ ਚਲੋ, ਮੇਰਾ ਥੋੜ੍ਹਾ ਹੋ ਗਿਆ, ਹੋ ਸਕਦਾ ਸਟੂਡੈਂਟ ਹੋਏ, ਫੀਸ ਨਾ ਹੋਏ, ਦੇਰ ਸੋ ਮੈਨੀ ਥਿੰਗਸ, ਈਵਨ ਆਈ ਕੈਨ ਨੋਟ ਹੈਲਪ ਇਨ ਦੈਟ। ਚਲੋ ਲੈਟਸ ਸੀ, ਫਿਰ ਕੀ ਸਟੇਟਸ ਆ, ਪੀ ਆਰ ਆ, ਕੋਈ ਜੋਬ ਦਾ ਇਸ਼ੂ ਹੈ, ਕੀ ਪੜ੍ਹਾਈ ਕੀ ਕੀਤੀ, ਕੀ ਹੈ ਬਾਏ ਪ੍ਰੋਫੈਸ਼ਨ, ਕੀ ਹੈ, ਇੰਜੀਨੀਅਰ ਹੈ, ਆਈ ਬੀ ਐਮ ਜੋਬ ਕਰ, ਉਹ ਫੈਮਲੀ ਸਭ ਠੀਕ ਹੈ, ਯਾ ਫਾਈਨ, ਕੌਣ ਕੌਣ ਹੈ ਫੈਮਲੀ 'ਚ, ਮੋਮ ਹੈ, ਡੈਡ ਹੈ, ਬ੍ਰਦਰ ਹੈ, ਇਸ ਤਰੀਕੇ ਨਾਲ। ਕੋਈ ਫਾਈਨੈਂਸ਼ੀਅਲ ਇਸ਼ੂ ਹੈ, ਪ੍ਰੋਪਰਟੀ ਹੈ, ਮਲਟੀਪਲ ਪ੍ਰੋਪਰਟੀਜ਼ ਨੇ, ਬੜਾ ਕੁਛ ਦੱਸਿਆ। ਫਿਰ ਕੀ ਹੋਇਆ, ਮੈਨੂੰ ਅਹਿਸਾਸ ਨਹੀਂ, ਕੁਝ ਖਾਸ ਸ਼ਬਦ 'ਤੇ ਵਿਚਾਰ ਹੋ ਰਹੀ ਸੀ ਉਸ ਦਿਨ ਉੱਤੇ ਉੱਤੇ, ਅਤੇ ਕਹਿੰਦਾ ਪਤਾ ਨਹੀਂ ਕਿਉਂ ਇੱਕ ਅੰਦਰ ਨਾ ਐਮਪਟੀਨੈਸ ਆ, ਖਲਾ, ਆਈ ਹੈਵ ਨੋ ਕਲੂ ਵਾਈ ਆਈ ਹੈਵ ਇਟ। ਆਈ ਹੈਵ ਗੁੱਡ ਜੋਬ, ਆਈ ਕੈਨ ਮੇਕ ਗੁੱਡ ਮਨੀ, ਆਈ ਹੈਵ ਗੁੱਡ ਫੈਮਲੀ, ਆਈ ਹੈਵ ਐਵਰੀਥਿੰਗ ਵਟ ਵਨ ਇਜ਼ ਲੁਕਿੰਗ ਇਨ ਦਿਸ ਇਨ ਹਿਜ਼ ਔਰ ਹਰ ਲਾਈਫ, ਬਟ ਐਟ ਦ ਸੇਮ ਟਾਈਮ ਆਈ ਡੋਂਟ ਹੈਵ ਐਨੀ ਹੈਪੀਨੈਸ, ਐਨੀ ਜੋਏ ਇਨ ਮਾਈ ਲਾਈਫ। ਮੈਂ ਬਿਠਾਇਆ, ਮੈਂ ਕੋਈ ਆਪਣੀ ਕਹਾਣੀ ਸੁਣਾ, ਆਪਣੀ ਲੌਂਗ ਸਟੋਰੀ ਸ਼ੋਰਟ ਤੁਹਾਡੇ ਨਾਲ ਬਿਆਨ ਕਰ। ਪਤਾ ਲੱਗਾ ਸ਼ਾਇਦ ਬਿਹਾਰ ਤੋਂ ਸੀਗਾ, ਅਤੇ ਦੋ ਭਰਾ ਨੇ ਉਹਦੇ ਫਾਦਰ ਨੇ, ਤਾਇਆ ਅਤੇ ਉਹ ਇਹਦਾ ਫਾਦਰ ਜਿਹੜਾ, ਅਤੇ ਉਹ ਅਮੀਰ ਹੈ ਥੋੜ੍ਹਾ, ਜਦੋਂ ਇਹ ਛੋਟੇ ਨੇ ਬਚਪਨ ਜਦੋਂ ਜਾ ਰਿਹਾ, ਅਤੇ ਉਹ ਥੋੜ੍ਹਾ ਇਹਨਾਂ ਨੂੰ ਚੜਾਉਂਦੇ ਨੇ, ਮਾਂ ਇਹਦੀ ਜ਼ਿਆਦਾ ਉਹਨਾਂ ਤੋਂ ਜੈਲਸ ਕਰਦੀ ਹੈ, ਚਿੜਦੀ ਹੈ, ਅਤੇ ਮਾਂ ਨੇ ਇੱਕੋ ਅੰਦਰ ਫੀਡ ਕਰਤਾ ਵੀ ਇਹਨਾਂ ਨੂੰ ਪਿੱਛੇ ਛੱਡਣਾ, ਬਸ ਮਿਸ਼ਨ ਇਹ ਆ, ਲੱਗ ਜਾਓ ਕੁਛ ਰਾਤ ਨੇ। ਕਹਿੰਦਾ ਇਸ ਮਿਸ਼ਨ ਦੇ ਨਾਲ ਪੜ੍ਹਨ ਨੂੰ ਚੰਗਾ ਸੀਗਾ, ਬਸ ਪੜ੍ਹੀ ਗਿਆ, ਆਈ ਆਈ ਟੀ ਚਲਾ ਗਿਆ, ਉੱਥੋਂ ਇੰਟਰਨੈਸ਼ਨਲ ਕੰਪਨੀ ਲਈ ਜੋਬ ਲੈ ਕੇ, ਬਸ ਕਿਹਾ ਵੀ ਗੋਨਾ ਬੀ ਦੇਰ ਆਲ ਦਾ ਟਾਈਮ। ਹੋਇਆ ਇਹ ਸਾਰਾ ਕੁਛ ਕਰ ਲਿਆ, ਪਿੱਛੇ ਛੱਡ ਦਿੱਤੇ, ਹੁਣ ਜ਼ਿੰਦਗੀ ਦਾ ਕੋਈ ਪਰਪਸ ਹੀ ਨਜ਼ਰ ਪੈਂਦਾ। ਐਕਚੁਅਲ ਲੈਵਲ 'ਤੇ ਨਾ ਭਾਉ ਜਿਹੜਾ ਆ ਇਹ ਬਹੁਤ ਵੱਡਾ ਜੀ, ਜਿਹੜੇ ਭਾਉ ਦੇ ਨਾਲ ਆਪਾਂ ਤੁਰੇ ਹਾਂ, ਕਿਸੇ ਨੂੰ ਨੀਵਾਂ ਵਿਖਾਉਣ, ਜੈਲਸ, ਈਰਖਾ, ਦੁਆਖ, ਦੁਸ਼ਮਣੀ, ਇਹ ਕਿਸੇ ਨੂੰ ਨਹੀਂ ਮਾਰੇਗੀ। ਬੋਧੀਆਂ ਦੇ ਲਿਟਰੇਚਰ 'ਚ ਇੱਕ ਬਾਤ ਲਿਖੀ ਬੜੀ ਸੋਹਣੀ, ਉਹ ਕਹਿ ਕੇ ਬਸ ਵਾਈਂਡ ਅਪ ਕਰ ਦਿੰਦਾ ਵਾ। ਉਹ ਕਹਿੰਦੇ ਅਸੀਂ ਬਦਲਾਖੋਰੀ 'ਚ ਜਿੰਨੇ ਹਾਂ, ਰਿਵੈਂਜ ਬੇਸਡ ਬਿਹੇਵੀਅਰ, ਸੋਰੀ ਫੋਰ ਦੈਟ
ਸਿੱਖੀ ਕੋਨਸੈਪਟ ਦੇ ਵਿੱਚ ਨਾ ਤੁਸੀਂ ਕਦੀ ਆਪਣਾ ਪ੍ਰੈਜੈਂਟੇਸ਼ਨ ਸੁਣੋ ਸਾਡੇ ਬੰਦਿਆਂ ਦੀਆਂ, ਤਾਂ ਯੂ ਹੋਣਾ ਵੀ ਮੈਂ ਤਾਂ ਕਈ ਵਾਰੀ ਬੜਾ ਡਰ ਲੱਗਦਾ ਮੈਨੂੰ ਤਾਂ, ਪਤਾ ਨਹੀਂ ਕੀ ਬਣੇਗਾ ਸਾਡਾ, ਮਤਲਬ ਬਦਲੇ ਅਤੇ ਮਾਰ ਧਾੜ ਅਤੇ ਦੂਜਾ ਤੀਜਾ ਇਹੋ ਜਿਹੀ ਚੀਜ਼ ਤੋਂ ਬਿਨਾਂ ਥੱਲੇ ਉਤਰਦੇ ਨਹੀਂ। ਹਾਲਾਂਕਿ ਸਿੱਖੀ ਦੇ ਕੋਨਸੈਪਟ 'ਚ ਬਾਤ ਹੈ ਹੀ ਨਹੀਂ। ਬਾਪੂ ਨੇ ਸਿਖਾਇਆ ਬੰਦਾ ਮੁਆਫ਼ ਕਰਨ ਨਾਲ ਵੱਡਾ ਹੁੰਦਾ ਹੈ, ਬੰਦਾ ਧਰਤੀ 'ਤੇ ਆਪਣੇ ਅਕਾਊਂਟ ਸੈੱਟ ਕਰਨ ਵਾਸਤੇ ਨਹੀਂ ਆਇਆ। ਅਸੀਂ ਆਪਣੇ ਪਰਸਨਲ ਅਕਾਊਂਟ ਨਹੀਂ ਸੈੱਟ ਕਰਨੇ, ਨਾ ਨਾ ਨਾ, ਅਸੀਂ ਕਿਸੇ ਵੱਡੇ ਸਕੂਲ ਆਫ ਥੌਟ ਨੂੰ ਆਪਣੀ ਜ਼ਿੰਦਗੀ ਡੈਡੀਕੇਟ ਕਰਨੀ ਹੈ। ਜੇ ਉਹ ਨਹੀਂ ਹੋਏਗਾ ਸਾਡੇ ਕੋਲ, ਵੀ ਗੋਨਾ ਸਫਰ ਹੇਅਰ, ਐਂਡ ਦੈਟ ਸਫਰਿੰਗ ਇਜ਼ ਐਂਡਲੈਸ। ਅਦਰਵਾਈਜ਼ ਰਿਵੈਂਜ, ਪੰਜਾਬ ਦੀ ਫਿਜ਼ਾ 'ਚ ਰਿਵੈਂਜ ਕਿੰਨਾ ਆ, ਮਤਲਬ ਫੋਕਲੋਰ ਤੁਸੀਂ ਪੜ੍ਹਿਆ ਹੋਣਾ, ਮੈਂ ਇਗਜ਼ਾਮਪਲ ਦੇ ਦੇਣਾ ਤੁਹਾਨੂੰ, ਉਹ ਕਿੱਸੇ ਪੜ੍ਹੋ ਤੁਸੀਂ, ਮਿਰਜ਼ਾ ਸਾਹਿਬਾਂ ਦਾ ਕਿੱਸਾ, ਕਿੱਡੀ ਮਤਲਬ ਕਹਿ ਲਓ ਕਿ ਇਨਹਿਊਮਨ ਅਪਰੋਚ ਆ। ਹਾਲਾਂਕਿ ਉਹਨੂੰ ਕਹਿੰਦੇ ਨੇ ਕਿ ਫੈਰੀ ਟੇਲ ਆ, ਲਵ ਦੀ ਤਰ੍ਹਾਂ ਕਿੱਸਾ, ਇਸ ਤਰੀਕੇ ਨਾਲ ਲਵ ਐਂਡ ਅਫੈਕਸ਼ਨ ਦੀ ਗੱਲ ਆ। ਐਕਚੁਅਲ ਲੈਵਲ 'ਤੇ ਕਿੱਡੀ ਵੱਡੀ ਐਮਬੈਰਸਮੈਂਟ ਹੈ, ਵਿਆਹ ਹੋ ਰਿਹਾ ਘਰ ਅਤੇ ਉਹਨਾਂ ਦੀ ਸਿਸਟਰ ਨੂੰ, ਬੱਚੀ ਨੂੰ ਕੱਢ ਕੇ ਲੈ ਗਿਆ ਕਰੋ, ਦੈਟਸ ਅ ਬਿਗ ਟਾਈਮ ਐਮਬੈਰਸਮੈਂਟ ਫੋਰ ਫੈਮਿਲੀ ਐਂਡ ਸਪੈਸੀਫਿਕਲੀ ਉਸ ਸਮੇਂ ਦੇ ਵਿੱਚ। ਹੋਣਾ ਕੀ ਉਹਦਾ, ਹੋਣਾ ਐਂਡ ਹੋਣਾ ਕਿ ਡੈਫੀਨੇਟਲੀ ਉਹਨੇ ਇਨਵਾਈਟ ਕੀਤਾ, ਇਟਸ ਗੋਇੰਗ ਟੂ ਬੀ ਥ੍ਰੀ ਵੱਡੇ ਵੱਡੇ ਉੱਥੇ ਐਕਟ 'ਚ ਇਨਵੋਲਵ ਹੋਏਗੀ, ਜੇ ਵਾਇਲੈਂਸ ਹੋਏਗੀ, ਲੜਾਈ ਹੋਏਗੀ, ਉਹ ਮਾਰਿਆ ਜਾਂਦਾ। ਅੱਛਾ, ਉਹ ਮਾਰਿਆ ਜਾਂਦਾ ਅਤੇ ਉਹਦੇ ਬ੍ਰਦਰ, ਉਹਦੀ ਫੈਮਿਲੀ ਇਹ ਸਾਰਾ ਕੁਝ ਅੰਡਰਸਟੈਂਡ ਕਰਨ ਦੀ ਬਜਾਏ ਕਿ ਇਹਨੇ ਕਿੱਡੀ ਵੱਡੀ ਗਲਤੀ ਕੀਤੀ, ਇਹ ਸਾਨੂੰ ਉਸ ਪਰਿਵਾਰ ਨਾਲ ਜਾ ਕੇ ਐਂਪਥੀ ਕਰਨੀ ਚਾਹੀਦੀ ਹੈ ਜਿਨ੍ਹਾਂ ਨੂੰ ਸਾਰਾ ਕੁਝ ਗਿਆ। ਫੋਕਲੋਰ 'ਚ ਇੱਕ ਗੀਤ ਲਿਖੇ ਗਏ ਇਸ ਤਰੀਕੇ ਦੇ, ਫੋਕਲੋਰ 'ਚ ਲੋਕ ਮਨਾਂ ਦੇ ਗੀਤ ਨੇ, ਕਹਿੰਦੇ ਵੀ ਭੁੱਲਦੇ ਭੁਲਾਉਂਦੇ ਨਾ ਜੱਟ ਕਦੇ ਵੈਰਾਂ ਨੂੰ, ਮਿਰਜ਼ੇ ਦੇ ਵੀਰ ਲੱਭਦੇ ਬੱਕੀ ਦੀਆਂ ਪੈੜਾਂ ਨੂੰ। ਮੀਨ ਉਹ ਫਿਰ ਕਹਿੰਦੇ ਵੀ ਨਾ ਨਾ, ਆਪਣੇ ਭਰਾ ਦੇ ਮਰਨ 'ਤੇ ਕਹਿੰਦੇ ਤੇਰਾ ਬਦਲਾ ਲਵਾਂਗੇ। ਕ੍ਰੇਜ਼ੀ ਆ ਚੀਜ਼ਾਂ ਰਹੀਆਂ। ਉਹਨਾਂ ਨੇ ਸਾਡਾ ਇੱਕ ਮਾਰਿਆ, ਅਸੀਂ ਦੋ ਮਾਰਾਂਗੇ, ਉਹ ਦੋ ਮਾਰ ਕੇ ਚਾਰ ਮਾਰਾਂਗੇ, ਲੱਗੇ ਰਹੋ ਸਾਰੀ ਉਮਰ ਲੱਗੇ ਰਹੋ। ਹਾਓ ਯੂ ਗੋਨਾ ਬ੍ਰੇਕ ਦਿਸ ਸਾਈਕਲ, ਐਂਡ ਦਿਸ ਇਜ਼ ਦਾ ਟ੍ਰਬਲ ਆਵਰ ਕਿਡਸ ਹੈਵ ਓਵਰ ਹੇਅਰ। ਦੇ ਆਰ ਲਰਨਿੰਗ ਆਲ ਦੀਸ ਥਿੰਗਸ ਫਰੋਮ ਦੀਸ ਐਕਚੁਲੀ ਯੂ ਕੈਨ ਸੇ ਸੌਂਗਸ, ਐਂਡ ਆਫਟਰਵਰਡ ਦੇ ਆਰ ਸੇਇੰਗ ਓ ਅਸੀਂ ਜੱਟ ਹੁੰਦੇ ਹਾਂ, ਅਸੀਂ ਅਸੀਂ ਪਰਵਾਹ ਨਹੀਂ ਕਰਦੇ। ਮੈਂ ਵੀ ਜਾਵਾਂਗਾ, ਅੱਜ ਵੀ ਮਿਲ ਕੇ ਆਇਆ ਕੋਈ 12-15 ਨੂੰ, ਅੱਜ ਪੂਰਾ ਦਿਨ ਮੈਂ ਉੱਥੇ ਸੀਗਾ। ਯੈਸ, ਐਂਡ ਲਿਟਰਲੀ ਮੋਸਟ ਆਫ ਦੈਮ ਵਰ ਕ੍ਰਾਈਮ ਈਵਨ ਟੂਡੇ, ਲਿਟਰਲੀ ਦੇ ਵਰ ਕ੍ਰਾਈਮ। ਉਹਨਾਂ ਨੂੰ ਕੋਈ ਆਈਡੀਆ ਨਹੀਂ ਸੀਗਾ ਕਿ ਆਹ ਕੀ ਬਣ ਗਿਆ ਹੈਗਾ। ਸੋ ਇਹ ਚੀਜ਼ਾਂ ਨੇ ਇਹਦੇ ਵਿੱਚ, ਧਰਤੀ 'ਤੇ ਕੰਟਰੀਬਿਊਟ ਕਰੋ, ਭਾਓ ਭਾ ਕੀ ਹੈ ਮੇਰਾ, ਮੇਰੇ ਇਨਰ ਜਿਹੜਾ ਇੰਟੈਂਸ਼ਨ ਹੈ ਮੇਰੀ, ਵਟ ਇਜ਼ ਇਨਰ ਇੰਟੈਂਸ਼ਨ ਇਨਸਾਈਡ ਮੀ, ਟੂ ਹਾਰਮ ਸਮਵਨ, ਟੂ ਹਰਟ ਸਮਵਨ, ਟੂ ਸ਼ੋ ਸਮ ਸੋਰਟ ਆਫ, ਯੂ ਕੈਨ ਸੇ ਜੈਲਸ ਟੂਵਰਡ ਸਮਵਨ, ਟੂ ਹੈਵ ਸਮ ਸੋਰਟ ਆਫ, ਯੂ ਕੈਨ ਸੇ enmity toward anybody, not at all. If I have it, I have to work on that kind of feeling first, then I should actually go in the society and contribute somewhere. Otherwise main apne vaste dujjan vaste nark bana lavanga. Aa loki kehnde ameri nal tasveer vaddi ho jayegi, na jinni wealth vadegi Punjab de vich ajj da jehda jehdi eddi vaddi problem ho gayi hai, wealth aa gayi hai, samajh nahi hai, ਦੇਖੋ ਕੀ ਹਾਲਤ ਬਣੀ। ਸਾਰਾ ਜ਼ੋਰ ਲਾ ਦਿੱਤਾ ਹੈ ਆਪਣੇ ਉਸ ਬੈਡ ਬਿਹੇਵੀਅਰ ਦੀ ਡੈਮੋਸਟ੍ਰੇਸ਼ਨ ਦੇ ਉੱਤੇ, ਰਹਿਣ ਦੇ ਕਾਬਲ ਨਹੀਂ ਬਣਾਈ, ਰਹਿ ਚਲੀ ਧਰਤੀ। ਮਤਲਬ ਮੈਂ ਹੁਣ ਤਾਂ ਕਈ ਸਾਲ ਹੋ ਗਏ ਨਹੀਂ ਜਾ ਪਾਇਆ ਕੁਝ ਰੁਝੇਵਿਆਂ ਕਰਕੇ, ਅਦਰਵਾਈਜ਼ ਮੈਂ ਜਾਣਾ। ਅਤੇ ਮੈਨੂੰ ਯਾਦ ਆ GT ਰੋਡ ਦੇ ਉੱਤੇ ਰੋਡ ਰੇਜਿੰਗ ਫਲਾਂ ਜਗ੍ਹਾ 'ਤੇ, ਕਿਸੇ ਨੂੰ ਤੁਸੀਂ ਮਤਲਬ ਇਹ ਨਹੀਂ ਕਹਿ ਸਕਦੇ ਭਾਈ ਇਹ ਗੱਡੀ ਸਾਈਡ 'ਤੇ ਕਰ ਲੈ ਗੱਡੀ ਕੱਢਣੀ ਹੈ। ਉਹ ਕਹਿੰਦਾ ਹਾਓ ਖਮ, ਤੈਨੂੰ ਪਤਾ ਮੈਂ ਕੌਣ ਆ? ਮੈਨੂੰ ਨਹੀਂ ਪਤਾ।
ਬਾਬਾ ਜੀ ਨੂੰ ਪੁੱਛੀਏ ਆਪਾਂ ਇੱਕ ਦੂਜੇ ਨੂੰ ਕਿਵੇਂ ਜਾਣਨਾ, ਕਿਵੇਂ ਅਸੀਂ ਦੱਸਣਾ ਇੱਕ ਦੂਜੇ? ਬਾਬਾ ਜੀ ਕਹਿੰਦੇ ਕੋਈ ਮੈਨੂੰ ਪੁੱਛੇ ਆ ਕੇ ਮੈਂ ਕਿਸੇ ਬਾਰੇ ਨਹੀਂ ਦੱਸ ਸਕਦਾ, ਜੋ ਕੋਈ ਗੁਰੂ ਨਾਨਕ ਸਾਹਿਬ ਨੂੰ ਪੁੱਛੇ ਬਾਬਾ ਜੀ ਤੁਸੀਂ ਗਾਉਣ ਦੱਸੋ, ਅਤੇ ਬਾਬਾ ਜੀ ਕਹਿੰਦੇ ਮੈਨੂੰ ਪੁੱਛਦੇ ਹੋ, ਹਾਂ ਮਹਾਰਾਜ ਤੁਹਾਨੂੰ ਪੁੱਛ ਰਿਹਾ, ਬਾਬਾ ਜੀ ਕਹਿੰਦੇ ਮੈਂ ਦੱਸ ਦੇਣਾ, ਹਮ ਆਦਮੀ ਹਾਂ ਇੱਕਦਮ ਹੀ, ਮੁਹਲਤ ਮੁਹਤ ਨਾ ਜਾਣਦਾ, ਧਰਤੀ 'ਤੇ ਇੱਕ ਪ੍ਰਾਹੁਣਾ ਆ, ਇੱਕ ਇੱਕ ਸਾਧ ਆ, ਇੰਨਾ ਹੀ ਮੇਰਾ ਵਜੂਦ ਆ, ਇਸ ਤੋਂ ਅਗਲੇ ਦਾ ਮੈਨੂੰ ਕੋਈ ਪਤਾ ਨਹੀਂ ਗਾ, ਅਗਲੇ ਪਲ ਹਾਂ ਨਹੀਂ ਹਾਂ, ਇਸ ਪਲ ਦੇ ਵਿੱਚ ਵਟ ਆਈ ਕੈਨ ਐਕਚੁਲੀ ਸਰਵ ਹੇਅਰ, ਆਈ ਹੈਵ ਟੂ ਸਰਵ ਵਿਦ ਲਵ ਐਂਡ ਅਫੈਕਸ਼ਨ। ਇਸ ਨੂੰ ਕਿਹਾ ਗਾਵੀਏ ਸੁਣੀਏ ਮਨ ਰੱਖੀਏ, ਰੱਬ ਦਾ ਨਾਂ ਗਾ ਪੜ ਸੁਣ, ਕਿੰਨੇ ਰੋਕਿਆ ਤੈਨੂੰ? ਇਬਾਦਤ ਦਾ ਕੋਈ ਢੰਗ ਦੁਨੀਆਂ 'ਤੇ ਮਾੜਾ ਨਹੀਂ, ਹਰ ਢੰਗ ਇਬਾਦਤ ਦਾ ਕੀਤਾ ਜਾ ਸਕਦਾ। ਗੋ ਹੈਡ, ਕੋਈ ਗਾਵੈ ਕੋ ਸੁਣੈ, ਹਰ ਨਾਮਾ ਚਿੱਤ ਲਾਏ, ਆਹ ਲਾਉਣਾ ਤੂੰ, ਇਕੱਲਾ ਤੇਰਾ ਸਰੀਰ ਨਾ ਬੈਠਾ ਹੋਏ, ਗੁਟਕਾ ਲੈ ਕੇ ਬੈਠਾ ਆ ਸਰੀਰ ਕਰਕੇ, ਬਹੁਤ ਵਧੀਆ, ਹੱਥ ਬੜੇ ਪਵਿੱਤਰ ਨੇ, ਬਹੁਤ ਪਵਿੱਤਰ ਨੇਤਰ ਨੇ ਤੇਰੇ, ਬੜਾ ਪਵਿੱਤਰ ਮੂੰਹ ਹੈ ਤੇਰਾ, ਪਰ ਚੇਤੇ ਰੱਖੀ ਇਹ ਸਾਰਾ ਪਵਿੱਤਰ ਤਾਂ ਰਹਿਣਾ ਹੀ ਜੇ ਮਨ ਇੱਥੇ ਆਵੇਗਾ, ਜੇ ਇਹਨੂੰ ਨਾਲ ਲਾਵੇਂਗਾ। ਅਤੇ ਇਹਦੇ ਵਿੱਚ ਫਿਰ ਭਾਵ ਲੈ ਕੇ ਆਈ, ਭਾਵ ਕੀ ਹੈ? ਬਾਬਾ ਸਭ ਦਾ ਭਲਾ ਕਰੀ, ਹੋ ਸਕਦਾ ਸਭ ਦੇ ਭਲੇ 'ਚ ਮੇਰਾ ਵੀ ਭਲਾ ਹੋ ਜਾਵੇ। ਗਾਵੀਏ ਸੁਣੀਏ ਮਨ ਰੱਖੀਏ ਭਾਓ, ਅਤੇ ਬਾਬਾ ਜੀ ਕਹਿੰਦੇ ਆਈ ਕੈਨ ਗਿਵ ਯੂ ਗਰੰਟੀ, ਆਈ ਕੈਨ ਇਨਸ਼ੋਰ ਯੂ, ਦੁੱਖ ਪਰ ਹਰ ਸੁੱਖ ਕਰ ਲੈਂਦਾ, ਆਈ ਕੈਨ ਗਰੰਟੀ ਯੂ, ਯੂ ਕੈਨ ਐਕਚੁਲੀ ਕੈਨ ਸੇ ਐਲੀਮੀਨੇਟ ਯੂਅਰ ਸਫਰਿੰਗਸ, ਯੂ ਕੈਨ ਕਮ ਆਊਟ ਆਫ ਦਾ ਆਲ ਟਾਈਪ ਆਫ ਸਫਰਿੰਗ, ਦੁੱਖ ਪਰ ਹਰ ਤੇਰੇ ਤੋਂ ਪਰਾਂ ਹੀ ਚਲੇ ਜਾਣਗੇ, ਮਤਲਬ ਬੰਦੇ ਨੇੜੇ ਨਹੀਂ ਆਉਣਗੇ ਤੇਰੇ। ਹੁੰਦਾ ਨਾ ਸਪੋਜ਼ ਕਰੋ ਹੁਣ ਕਿਸੇ ਨੂੰ ਨਸਲਾ ਜ਼ੁਕਾਮ ਹੋਇਆ, ਕੁਛ ਹੋਇਆ, ਉਹ ਛਿੱਕ ਵੀ ਮਾਰਦਾ ਮੇਰੇ ਕੋਲ, ਬੰਦਾ ਕਹਿੰਦਾ ਦੂਰ ਰਹੋ ਭਰਾਵਾ, ਤੂੰ ਮੈਨੂੰ ਇਸ ਰੂਪ ਦੇ ਕੋਈ ਬਿਮਾਰ ਕਰੇਗਾ, ਹੈ ਨਾ, ਆਪਾਂ ਪੂਈ ਪੂਈ ਅਵੋਇਡ ਐਕਚੁਲੀ ਐਨੀ ਸੋਰਟ ਆਫ ਇਮਿਊਨਿਟੀ, ਇੰਨੀ ਸਟਰੋਂਗ ਹੋ ਜਾਏ, ਤੁਸੀਂ ਬਿਮਾਰਾਂ ਦੇ ਵਿੱਚ ਬੈਠ ਕੇ ਦਵਾਈਆਂ ਵੰਡੋ, ਤੁਸੀਂ ਬਿਮਾਰਾਂ ਨੂੰ ਸਾਂਭੋ, ਤਾਂ ਕੋਈ ਬੰਦਾ ਕਹੇ ਤੂੰ ਬਿਮਾਰ ਹੋ ਜਾਏਗਾ, ਕਹਿੰਦਾ ਨਾ ਭਲਿਆ, ਇਮਿਊਨਿਟੀ ਰੱਬ ਨੇ ਐਸੀ ਬਖਸ਼ੀ ਹੈ, ਕੁਛ ਨਹੀਂ ਹੋਣਾ। ਤੁਸੀਂ ਸਵੇਰ ਤੋਂ ਸ਼ਾਮ ਤੱਕ ਦੁਖੀਆਂ ਦੇ ਦਰਦ ਵੰਡਾਓ, ਅਤੇ ਆਪ ਮਹਾਂ ਸੁੱਖ ਵਿੱਚ ਹੋ, ਆਪ ਸਿਰ ਥੱਲੇ ਇਸ ਤਰੀਕੇ ਨਾਲ ਕੰਨ ਦੇ ਥੱਲੇ ਹੱਥ ਰੱਖੋ, ਭੈਣ ਆਰਾਮ ਨਾਲ ਸੋਵੋ, ਸਵੇਰੇ ਉੱਠੋ ਫਰੈਸ਼, ਖੂਨ ਦੀ ਚਾਹ ਭੈਣ ਬਿਲਕੁਲ ਸਿਰੇ ਤੋਂ ਲੈ ਕੇ ਸਿਰੇ ਤੱਕ ਚੱਲਦੀ ਹੋਏ, ਖਾਧਾ ਹੋਇਆ ਖਾਣਾ ਹਜ਼ਮ ਹੋਏ, ਤੁਰਦਿਆਂ ਫਿਰਦਿਆਂ ਬਿਲਕੁਲ ਫੁੱਲਾਂ ਵਰਗਾ ਜਿਸਮ ਹੋਏ, ਇਸ ਰੂਪ ਦੇ ਵਿੱਚ ਸੁਰਤ ਇੱਕ ਫਰਦ ਦੀ ਤਰ੍ਹਾਂ ਅਸਮਾਨੀ ਉੱਡ ਰਹੀ ਹੋਏ, ਅਤੇ ਖਿਆਲਾਂ ਦੀ ਦੁਨੀਆਂ ਦੇ ਵਿੱਚ ਬਸ ਭਲਾ ਭਲਾਈ ਸ਼ੁਕਰ ਸ਼ੁਕਰੀ ਗੂੰਜਦਾ ਹੋਏ, ਆਹ ਸੁੱਖ ਹੈ। ਹੋਪਫੁਲੀ ਯੂ ਗੈਟ ਦ ਡੈਫੀਨੇਸ਼ਨ ਆਫ ਸੁੱਖ ਐਂਡ ਜੋਏ। ਬਾਬਾ ਜੀ ਸਿੰਘ ਦੁੱਖ ਪਰ ਹਰ ਸੁੱਖ ਕਰ ਲੈ ਜਾਏ, ਇਸ ਪੰਕਤੀ ਦਾ ਦੁਹਰਾਓ ਕਰ ਦਿੰਦੇ ਹਾਂ ਅਤੇ ਨਾਲ ਹੀ ਸਮਾਪਤੀ। ਥੈਂਕ ਯੂ ਵੈਰੀ ਮੱਚ ਟੂ ਪਾਰਟੀਸਪੇਟ, ਟੂ ਬੀਂਗ ਐਨ ਅਟੈਂਟਿਵ ਲਿਸਨਰ, ਐਂਡ ਆਈ ਰਿਕੁਐਸਟ ਪਲੀਜ਼ ਡੂ ਕਮ, ਕੁਛ ਚਿਹਰੇ ਨਵੇਂ ਆਏ ਸਾਡੇ ਕੋਲ, ਪਲੀਜ਼ ਆਓ, ਥੋੜ੍ਹੇ ਦਿਨ ਹੋ ਰਿਹਾ ਬਾਤ ਪਾਵਾਂਗੇ, ਜੇ ਤੁਹਾਡੀ ਹਾਜ਼ਰੀ ਪੱਕੀ ਹੋ ਗਈ ਤਾਂ ਫਿਰ ਮੈਂ ਵੀ ਹੋ ਸਕਦਾ ਕੁਛ ਪ੍ਰੋਮਿਸ ਉਸ ਰੂਪ ਵਿੱਚ ਕਰਾਂ। ਦੋ ਬੇਨਤੀਆਂ ਦੇ ਵਿੱਚ ਸਿਰਫ ਇੱਕੋ ਮਿੰਟ ਲੈ, ਦੋ ਬੇਨਤੀਆਂ ਨੇ, ਇੱਕ ਤਾਂ ਇਹ ਕਿ ਆਉਂਦੀ 2 ਤਾਰੀਖ ਨੂੰ ਜਿਨ੍ਹਾਂ ਬੱਚਿਆਂ ਦੇ ਇਸ ਸਾਲ ਜਾਂ ਅਗਲੇ ਸਾਲ ਵਿਆਹ ਹੋ ਰਹੇ ਨੇ ਉਹਨਾਂ ਵਾਸਤੇ ਫਰੀ ਆਫ ਕੋਸਟ ਕੋਈ ਫੀਸ ਨਹੀਂ ਗੀ, ਅਸੀਂ ਇੱਕ ਪ੍ਰੀ ਮੈਰਿਟਲ ਕਾਉਂਸਲਿੰਗ ਸੈਸ਼ਨ ਲੈ ਕੇ ਆ ਰਹੇ ਹਾਂ ਡਿਕਸੀ ਰੋਡ ਗੁਰਦੁਆਰਾ ਸਾਹਿਬ ਜਿਮ ਹਾਲ ਦੇ ਵਿੱਚ। ਸੋ 6 ਵਜੇ 2 ਜੁਲਾਈ ਨੂੰ, 2nd of July, 6:00 ਈਵਨਿੰਗ ਟਾਈਮ, ਪਲੀਜ਼ ਜੇ ਤੁਹਾਡੇ ਆਲੇ ਦੁਆਲੇ ਜਾਣਦੇ ਨੇ ਉਹਨਾਂ ਬੱਚਿਆਂ ਨੂੰ ਇਨਫੋਰਮੇਸ਼ਨ ਪਹੁੰਚਦੀ ਕਰਿਓ, ਉਹ ਪਾਰਟੀਸਪੇਟ ਕਰ ਸਕਦੇ ਨੇ। ਸੋ ਜ਼ਰੂਰ ਆਉਣ ਉਹਦੇ ਵਿੱਚ, ਅਸੀਂ ਹਰ ਮਹੀਨੇ ਕਰਾਂਗੇ ਪਰ ਇਸ ਮਹੀਨੇ ਦੀ ਜਿਹੜੀ ਤਾਰੀਖ ਉਹ 2 ਜੁਲਾਈ ਹੈ। ਦੂਸਰੇ ਨੰਬਰ 'ਤੇ ਸਾਡਾ ਜਿਹੜਾ ਯੂਟਿਊਬ ਚੈਨਲ ਆ, ਪਲੀਜ਼ ਸਬਸਕ੍ਰਾਈਬ ਇਟ, ਫੋਲੋ ਇਟ, ਜੇ ਤੁਹਾਨੂੰ ਕੁਝ ਦਿੱਕਤ ਆ ਰਹੀ ਹੈ ਬਾਹਰ ਉਹਦੇ 'ਚ ਇਨਫੋਰਮੇਸ਼ਨ ਲੱਗੀ ਹੈ, ਬੱਚੇ ਤੁਹਾਡੀ ਹੈਲਪ ਕਰ ਦੇਣਗੇ, ਉਹਨੂੰ ਕਰ ਲਿਓ, ਸ਼ੇਅਰ ਕਰਿਓ, ਅਤੇ ਡੈਫੀਨੇਟਲੀ ਗੁਰੂ ਕੇ ਹਜ਼ੂਰ ਹਾਜ਼ਰ ਨਹੀਂ ਹੋ ਰਹੇ ਹੋ,
ਆਓ ਭਗਤਾ ਹੈ ਸੌਂਦੇ ਕੱਲ ਆਪਾਂ ਅਗਲੀ ਪੰਗਤੀ ਦੀ ਬਾਤ ਪਾਉਣੀ ਸ਼ੁਰੂ ਕਰਾਂਗੇ। ਅੱਜ ਵਾਸਤੇ ਸਮਾਂ ਸਮਾਪਤ, ਆਓ ਆਖਰੀ ਪੰਗਤੀਆਂ ਇਕੱਠੇ ਹੀ ਪੜ੍ਹਦੇ ਹਾਂ ਸਾਰੇ ਉੱਚੀ ਆਵਾਜ਼ ਦੇ ਵਿੱਚ, ਅਤੇ ਫਿਰ ਆਪਾਂ ਫਤਿਹ ਦੀ ਸਾਂਝ ਕਰਦੇ ਹਾਂ। ਗਾਵੀਐ ਸੁਣੀਐ ਮਨ ਰੱਖੀਐ ਭਾਉ, ਦੁੱਖ ਪਰ ਹਰ ਸੁੱਖ ਘਰ ਲੈ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।